ਹਰਮਨ ਸ਼ੌਂਕੀ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹੈ। ਰਵਿਦਾਸ ਰਹੇ ਪ੍ਰਸੰਨ। ਗੁਰੂ ਦੇ ਪਿਆਰਿਓ, ਮੈਂ ਹਮੇਸ਼ਾ ਹੀ ਇਸ ਪ੍ਰੋਗਰਾਮ ਦੇ ਵਿੱਚ ਬੇਨਤੀ ਕਰਿਆ ਕਰਦਾ ਕਿ ਸਤਿਗੁਰਾਂ ਤੋਂ ਇਹੋ ਜਿਹਾ ਆਸ਼ੀਰਵਾਦ ਕਿਤੇ ਪਿਆਰ ਪ੍ਰਾਪਤ ਹੋ ਜਾਵੇ ਕਿ ਜੀਂਦੇ ਜੀ ਇਹਨਾਂ ਦੇ ਪ੍ਰਾਣਾਂ ਹੁੰਦਿਆਂ ਹੋਇਆਂ ਵੀ ਕਿਸੇ ਨੂੰ ਮੰਦਾ ਨਾ ਬੋਲ ਸਕਾਂ, ਇੱਥੇ ਬਹਿ ਕੇ ਵੀ ਕਿਤੇ ਵੀ ਸਤਿਗੁਰਾਂ ਦਾ ਬਚਨਾ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ। ਮੈਂ ਖੁਆਰ ਨਹੀਂ ਹੋਣਾ ਚਾਹੁੰਦਾ। ਜਿਹੜੇ ਖੁਆਰ ਹੋਏ ਹੁੰਦੇ ਹੈ, ਨਾ ਤਾਂ ਇੱਥੇ ਢੋਈ ਮਿਲਦੀ ਅਤੇ ਨਾ ਉੱਥੇ ਮਿਲਦੀ ਹੈ। ਸੋ ਜੇਕਰ ਇਹ ਜੀਵਨ ਸਾਨੂੰ ਮਿਲਿਆ ਗੁਰੂ ਦੇ ਪਿਆਰਿਓ, ਸੋ ਅਸੀਂ ਗੁਰੂ ਦੇ ਹੁਕਮ ਦੇ ਮੁਤਾਬਕ ਰਵਿਦਾਸ ਰਹੇ ਪ੍ਰਸੰਨ ਅਸੀਂ ਆਪਣੇ ਗੁਰੂ ਨੂੰ ਪ੍ਰਸੰਨ ਕਰ ਸਕੀਏ। ਉਹਦੇ ਵਿੱਚ ਅਸੀਂ ਕੋਈ ਅਜਿਹੇ ਕਰਮ ਕਰੀਏ, ਕਰਮਾਂ ਦੇ ਨਿਵੇੜੇ ਹੋਣੇ ਆ ਭਾਈ, ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜੇ ਗੁਰੂ ਦੇ ਲਾਗੇ ਹੋਣਾ, ਗੁਰੂ ਤੋਂ ਪਿਆਰ ਲੈਣਾ, ਗੁਰੂ ਦੇ ਚਰਨਾਂ 'ਚ ਬਹਿਣਾ, ਗੁਰੂ ਤੋਂ ਝੋਲੀਆਂ ਭਰਨੀਆਂ, ਗੁਰੂ ਤੋਂ ਕੋਈ ਵੀ ਦਾਤ ਪ੍ਰਾਪਤ ਕਰਨੀ ਹੈ ਤਾਂ ਫਿਰ ਸਾਨੂੰ ਗੁਰੂ ਦੇ ਅਨੁਸਾਰ ਕਰਮ ਕਰਨੇ ਪੈਣਗੇ। ਤਾਂਹੀਓ ਮੇਰਾ ਰਵਿਦਾਸ ਰਹੇ ਪ੍ਰਸੰਨ, ਤਾਂਹੀਓ ਮੇਰਾ ਗੁਰੂ ਪ੍ਰਸੰਨ ਰਹਿ ਸਕਦਾ। ਅਤੇ ਸੱਚੇ ਪਾਤਸ਼ਾਹ ਸੰਗਤ ਰੱਬ ਰੂਪ ਹੁੰਦੀ ਹੈ, ਗੁਰੂ ਰੂਪ ਸੰਗਤ ਹੁੰਦੀ ਹੈ। ਜੇ ਮੈਂ ਸੰਗਤ ਨੂੰ ਗੁਰੂ ਰੂਪ ਮੰਨਦਾ ਹੈ ਤਾਂ ਫਿਰ ਸੰਗਤ ਦਾ ਸਤਿਕਾਰ ਵੀ ਗੁਰੂ ਜਿੰਨਾ ਹੋਣਾ ਚਾਹੀਦਾ। ਇਹਨਾਂ ਦੇ ਪ੍ਰਤੀ ਕੋਈ ਮਾੜੇ ਲਫ਼ਜ਼ ਨਹੀਂ, ਕਟਕ ਬਚਨ ਨਾ ਬੋਲੀਏ, ਸਭ ਘੱਟ ਹਰ ਕੋ ਬਾਸ। ਮੇਰੇ ਸਤਿਗੁਰ ਰਵਿਦਾਸ ਮੇ ਦੇ ਬਚਨ ਨੇ ਕਿ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ। ਇਹ ਮੈਂ ਪ੍ਰਣ ਕਰਦਾ ਕਿ ਇਸ ਜੀਵ ਤੋਂ ਆਪ ਜੀ ਦਾ ਸਤਿਕਾਰ ਕਰ ਸਕਾਂ, ਤੁਹਾਡੇ ਤੋਂ ਆਸ਼ੀਰਵਾਦਾਂ ਲੈ ਸਕਾਂ। ਆਓ ਤੁਹਾਨੂੰ ਫਿਰ ਨਾਲ ਲੈ ਕੇ, ਜੈ ਗੁਰਦੇਵ, ਜੈ ਭੀਮ, ਜੈ ਸਵਾਮੀ ਵਾਲਮੀਕ ਜੀ ਕੀ। ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਇੱਕ ਗੀਤ ਸੁਣਿਆ, ਗੀਤ ਤੋਂ ਪਹਿਲਾਂ ਮੈਂ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰੋਗਰਾਮ ਚਲਾਇਆ ਹੋਇਆ ਸੀ, ਪ੍ਰੋਗਰਾਮ ਚੱਲ ਰਿਹਾ ਸੀ। ਤੁਸੀਂ ਬਾਕੀ ਬਾਕੀ ਚੈਨਲਾਂ ਦੇ ਉੱਤੇ ਹਰ ਰੰਗ ਦੇ ਵਿੱਚ ਕਵਿਤਾਵਾਂ ਵੀ ਸੁਣੀਆਂ, ਕੀਰਤਨ ਵੀ ਸੁਣੇ ਨੇ, ਢਾਡੀ ਜਥੇ ਵੀ ਸੁਣੇ ਨੇ, ਨਗਰ ਕੀਰਤਨ ਵੀ ਦੇਖ ਰਹੇ ਨੇ, ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਵੀ ਰੌਣਕਾਂ ਦੇਖ ਰਹੇ ਹੋ, ਪਟਨਾ ਸਾਹਿਬ ਦੇ ਵਿੱਚ ਵੀ, ਜਿੱਥੇ ਜਿੱਥੇ ਵੀ ਬਾਣੀ ਨੂੰ ਮੰਨਣ ਵਾਲੇ ਨੇ, ਮਹਾਂਪੁਰਸ਼ਾਂ ਨੂੰ ਮੰਨਣ ਵਾਲੇ ਨੇ, ਸਤਿਗੁਰੂਆਂ ਨੂੰ ਮੰਨਣ ਵਾਲੇ ਨੇ, ਉਹਨਾਂ ਨੇ ਤਿਲ ਫੁੱਲ ਦੇ ਮੁਤਾਬਕ ਆਪਣੀ ਬਿਰਤੀ ਦੇ ਮੁਤਾਬਕ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆਂ ਵਧਾਈਆਂ ਲਈਆਂ ਅਤੇ ਸਤਿਗੁਰਾਂ ਤੋਂ ਆਸ਼ੀਰਵਾਦਾਂ ਪ੍ਰਾਪਤ ਕੀਤੀਆਂ। ਸੋ ਗੁਰੂ ਦੇ ਪਿਆਰਿਓ, ਜਿੱਥੇ ਅਸੀਂ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ, ਮੈਂ ਉਹਨਾਂ ਦੇ ਪ੍ਰਤੀ ਕੁਝ ਕੁ ਲਫ਼ਜ਼ ਕਹਿਣਾ ਚਾਹੁੰਦਾ ਸੀ ਕਿ ਜਿਵੇਂ ਕਿ ਅੰਮ੍ਰਿਤ ਵੇਲੇ ਜਦੋਂ ਅੰਮ੍ਰਿਤ ਛਕਾਇਆ ਗਿਆ, ਉਸ ਵੇਲੇ ਸਤਿਗੁਰਾਂ ਨੇ ਇੱਕ ਮੋਹਰ ਲਾ ਦਿੱਤੀ ਵੀ ਭਾਈ, ਜੇ ਮੈਂ ਤੁਸੀਂ ਮੇਰੇ ਵਰਗੇ, ਮੈਂ ਤੁਹਾਡੇ ਵਰਗਾ, ਮੈਂ ਗੁਰੂ ਵੀ ਹਾਂ ਅਤੇ ਮੈਂ ਚੇਲਾ ਵੀ ਹਾਂ, ਆਪਸ ਵਿੱਚ ਭੇਦ ਮਿਟਾ ਦਿੱਤਾ ਹੈ, ਭਾਵ ਇੱਕੋ ਬਾਟੇ 'ਚ ਆਪਾਂ ਅੰਮ੍ਰਿਤ ਛਕਿਆ, ਭਾਵ ਮੈਂ ਇੱਥੇ ਕੋਈ ਜਾਤ ਪਾਤ ਨਹੀਂ ਰਹਿਣ ਦਿੱਤੀ ਜਿਹੜੀ, ਕਿਉਂਕਿ ਮਹਾਰਾਜ ਜੀ ਨੇ ਦੁਖੀ ਹੋ ਕੇ, ਕਿਉਂਕਿ ਪਰੰਪਰਾ ਦੁਨੀਆ 'ਚ ਚੱਲ ਰਹੀ ਸੀ, ਸਤਿਗੁਰਾਂ ਨੇ ਸਮੇਂ ਦੀ ਨਬਜ਼ ਨੂੰ ਦੇਖਿਆ ਕਿ ਇਹ ਫਿਰ ਮੇਰੇ ਸਤਿਗੁਰਾਂ ਦੀ ਜਿਹੜੀ ਬਾਣੀ ਇੰਨੇ ਚਿਰਾਂ ਦੀ, ਸਤਿਗੁਰੂ ਨਾਨਕ ਦੇਵ ਜੀ ਨੇ 30,000 ਮੀਲ ਚੱਲ ਕੇ ਬਾਣੀ ਇਕੱਠੀ ਕੀਤੀ, ਲੋਕਾਂ ਦੇ ਨਾਲ ਪਿਆਰ ਪੈਦਾ ਕੀਤਾ, ਫਿਰ ਉਹਦਾ ਉਹਦੇ ਪਿੱਛੇ ਤਾਂ ਲੋਕ ਲੱਗੇ ਨਹੀਂ, ਅਤੇ ਮਹਾਰਾਜ ਜੀ ਨੇ ਫਿਰ ਸੰਗਤਾਂ ਦੇ ਸਾਹਮਣੇ ਇੱਕ ਇਹੋ ਜਿਹੀ ਮੋਹਰ ਲਾ ਦਿੱਤੀ, ਭਾਈ ਆਓ ਅੱਜ ਮੈਂ ਸਾਰਿਆਂ ਨੂੰ ਇੱਕ ਕਰ ਰਿਹਾ, ਕੋਈ ਜਾਤ ਪਾਤ ਨਹੀਂ, ਕੋਈ ਗੋਤ ਨਹੀਂ, ਕੋਈ ਆਪਣੇ ਆਪ ਨੂੰ ਨੀਵਾਂ ਅਤੇ ਉੱਚਾ ਨਾ ਸਮਝੇ, ਅੱਜ ਸਾਰੇ ਇੱਕ ਪਿਤਾ ਦੇ ਤੁਸੀਂ ਪੁੱਤਰ ਹੋ। ਤਾਂਹੀਓ ਦਸ਼ਮੇਸ਼ ਪਿਤਾ ਕਿਹਾ, ਅੱਜ ਮੈਂ ਤੁਹਾਡੇ ਜੇ ਪਿਓ ਹਾਂ ਅਤੇ ਮੈਂ ਤੁਹਾਨੂੰ ਇਸ ਕਰਕੇ, ਤੁਸੀਂ ਜੇ ਮੇਰੇ ਪੁੱਤਰ ਹੋ ਤਾਂ ਮੈਂ ਤੁਹਾਨੂੰ ਅੱਜ ਦੁਨੀਆਂ ਦੇ ਵਿੱਚ ਇੱਕ ਹੁਕਮ ਕਰਦਾ। ਹੁਕਮ ਕੀ ਹੈ ਗੁਰੂ ਦੇ ਪਿਆਰਿਓ? ਕਹੋ ਪਿਓ ਮੁੰਡਿਆ ਸੰਨਿਆਸੀ, ਕਹੋ ਜੋਗੀ ਪਿਓ, ਕੋਈ ਬ੍ਰਹਮਚਾਰੀ ਕੋ ਜਤੀ ਅਨਮਾਨਵੋ, ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਵੇ ਏਕ ਪਹਿਚਾਨਵੋ, ਕਰਤਾ ਕਰੀਮ ਸੋਹੀ ਰਾਜ ਕਰੀਹੀਮ ਉਹੀ, ਦੂਸਰੋ ਕਾ ਭੇਦ ਕੋਈ ਪੂਰ ਭਰਮ ਮਾਨਵੋ, ਏਕ ਹੀ ਕੀ ਸੇਵ ਏਕ ਹੀ ਕੋ ਗੁਰਦੇਵ, ਏਕ ਏਕ ਹੀ ਸਰੂਪ ਸਵੇ ਏਕ ਜੋਤ ਜਾਨਵੋ। ਇਹ ਕਿੱਡਾ ਵੱਡਾ ਉਪਦੇਸ਼ ਸਮੁੱਚੇ ਸੰਸਾਰ ਨੂੰ ਦਿੱਤਾ, ਅਤੇ ਗੁਰੂ ਦੇ ਪਿਆਰੇ, ਗੁਰੂ ਦਾ ਹੁਕਮ ਮੰਨ ਲੈਣਾ ਚਾਹੀਦਾ ਹੈ।
ਜੇ ਉਹਨਾਂ ਨੇ ਸਰਬੰਸ ਵਾਰਿਆ ਇਹਨਾਂ ਚੀਜ਼ਾਂ ਕਰਕੇ ਵਾਰਿਆ, ਇਹਨਾਂ ਗੱਲਾਂ ਕਰਕੇ ਵਾਰਿਆ। ਗੁਰੂ ਦੇ ਪਿਆਰੇ, ਉਹਨਾਂ ਨੇ ਸਾਂਝੀ ਬਾਲਤਾ ਦਾ ਉਪਦੇਸ਼ ਦਿੱਤਾ। ਅੱਜ ਆਓ, ਉਹਨਾਂ ਦੇ ਜੋ ਚਲਾਏ ਹੋਏ ਉਪਦੇਸ਼ ਨੇ ਉਹਨਾਂ 'ਤੇ ਪਹਿਰਾ ਦੇਈਏ। ਮੈਂ ਫਿਰ ਬੇਨਤੀ ਕਰਦਾ ਗੁਰੂ ਦੇ ਪਿਆਰਿਓ, ਉਹ ਸੇਵਕਾ, ਗੁਰੂ ਦੇ ਸੇਵਕਾ, ਆਪਣੀ ਅੱਖ ਠੀਕ ਕਰ। ਤੇਰੇ ਜਿਹੜੇ ਅੱਖ ਦੇ ਉੱਤੇ ਮੋਤੀਆ ਨਾ, ਜਦੋਂ ਮੋਤੀਆ ਹੋ ਜਾਂਦਾ ਫਿਰ ਦੋ ਦੋ ਦੇਖਦੇ ਆ। ਜਦੋਂ ਤੇਰੇ ਇਹ ਮੋਤੀਆ ਉੱਤਰ ਜਾਵੇਗਾ ਫਿਰ ਮੈਂ ਗੁਰੂ ਦਾ ਪਿਆਰਾ ਬਣ ਜਾਵਾਂਗਾ। ਸਾਨੂੰ ਇਹ ਮੋਤੀਆ ਉਤਾਰਨ ਦੀ ਲੋੜ ਹੈ। ਜਦੋਂ ਮੋਤੀਆ ਹੁੰਦਾ ਨਾ ਅੱਖਾਂ ਵਿੱਚ, ਦੋ ਦੋ ਦੇਖਦੇ ਹੈ, ਅਤੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਜੇ ਤੂੰ ਮੇਰਾ ਪਿਆਰਾ ਬਣਨਾ ਆਪਣੀ ਅੱਖਾਂ ਦੇ ਵਿੱਚ ਜਿਹੜਾ ਜਾਤ ਪਾਤ ਦਾ ਮੋਤੀ ਹੈ ਇਹ ਪਹਿਲਾਂ ਲਾ ਦੇ, ਇਹ ਲਾ ਦੇ, ਤਾਂ ਤੂੰ ਮੇਰਾ ਪਿਆਰਾ, ਤਾਂ ਤੂੰ ਮੇਰਾ ਸੇਵਕ ਹਾਂ। ਅਤੇ ਮੈਂ ਹੁਣੇ ਤੁਕ ਬੋਲੀ ਸੀ, ਗੁਰੂ ਦੇ ਪਿਆਰਿਓ, ਸਤਿਗੁਰਾਂ ਦੇ ਹੁਕਮ ਦੇ ਮੁਤਾਬਕ, ਜੋ ਹੁਕਮ ਨਾ ਬੂਝੇ ਖਸਮ ਕਾ ਸੋਈ ਨਰ ਕੱਚਾ। ਜੋ ਆਪਣੇ ਖਸਮ ਦਾ, ਆਪਣੇ ਮਾਲਕ ਦਾ, ਆਪਣੇ ਸਤਿਗੁਰਾਂ ਦਾ, ਆਪਣੇ ਰਹਿਬਰ ਦਾ, ਆਪਣੇ ਗੁਰੂ ਦਾ, ਆਪਣੇ ਪੀਰ ਦਾ, ਪੈਗੰਬਰ ਦਾ ਜੇ ਹੁਕਮ ਨਹੀਂ ਨਾ ਮੰਨਦਾ, ਹੁਕਮ ਨਹੀਂ ਸਮਝਦਾ, ਸੋਈ ਨਰ ਕੱਚਾ। ਭਾਈ ਆਪਣੇ ਆਪ ਨੂੰ ਫਿਰ ਉਹ ਅੱਗੇ ਹੋ ਕੇ ਨਾ ਬੈਠੇ, ਪਿੱਛੇ ਹੋ ਜਾਵੇ। ਪਿਛਲੀ ਕਤਾਰ 'ਚ ਆ ਤੇਰਾ ਰਸਤਾ, ਗੁਰੂ ਦੇ ਚਰਨਾਂ ਵਿੱਚ ਨਹੀਂ, ਤੇਰੀ ਜਗ੍ਹਾ ਗੁਰੂ ਦੇ ਚਰਨਾਂ 'ਚ, ਤੇਰੀ ਪਿੱਛੇ ਜਗ੍ਹਾ, ਕਿਉਂਕਿ ਤੂੰ ਅਜੇ ਉਹੋ ਜਿਹਾ ਬਣਿਆ ਨਹੀਂ, ਤੂੰ ਅਜੇ ਕੱਚਾ ਆ, ਤੂੰ ਅਜੇ ਪੱਕਾ ਨਹੀਂ। ਸੋ ਪੱਕਾ ਬਣਨ ਵਾਸਤੇ ਗੁਰੂ ਦਾ ਹੁਕਮ ਮੰਨਣਾ ਪੈਂਦਾ। ਸੋ ਇਤਿਹਾਸ ਬੜਾ ਪੜਿਆ, ਇਤਿਹਾਸ ਸਾਰਾ ਗੁਰੂ ਦੇ ਪਿਆਰੇ। ਮੈਂ ਇੱਥੇ ਇੱਕ ਸਾਖੀ ਛੋਟੀ ਜਿਹੀ ਹੈ ਇਤਿਹਾਸ ਵਿੱਚੋਂ, ਕਿ ਜਦੋਂ ਪਹਾੜੀ ਰਾਜਿਆਂ ਦੇ ਨਾਲ ਭੀਮ ਚੰਦ ਜੀ ਨੂੰ ਵੀ ਮਾਰਦਿਆਂ ਹੋਇਆਂ ਆਨੰਦਗੜ੍ਹ ਕਿਲ੍ਹੇ ਦੇ ਵਿੱਚੋਂ, ਆਨੰਦਗੜ੍ਹ ਕਿਲ੍ਹੇ ਨੂੰ ਜਦੋਂ ਘੇਰਾ ਪਾਇਆ ਇਹਨਾਂ ਪਹਾੜੀ ਰਾਜਿਆਂ ਨੇ, ਅਤੇ ਮਸਤ ਹਾਥੀ ਛੱਡ ਦਿੱਤਾ। ਮੈਂ ਇੱਕ ਇਹ ਮਕਸਦ ਹੈ ਇਹਦਾ, ਮੇਰੀ ਗੱਲ ਸੁਣਾਉਣ ਦਾ। ਜਦੋਂ ਮਸਤ ਹਾਥੀ ਛੱਡ ਦਿੱਤਾ ਆਨੰਦ ਕਿਲ੍ਹੇ ਵੀ ਆਨੰਦ ਕਿਲ੍ਹੇ ਨੂੰ ਢਾਉਣ ਵਾਸਤੇ, ਅਤੇ ਸਤਿਗੁਰਾਂ ਦੇ ਚਰਨਾਂ ਵਿੱਚ ਬਚਿੱਤਰ ਸਿੰਘ ਜੀ ਬੈਠੇ, ਭਾਈ ਬਚਿੱਤਰ ਸਿੰਘ ਜੀ, ਮਾਈ ਤੋਂ ਆਸ਼ੀਰਵਾਦ ਲਈ ਹੈ, ਮਾਰੀ ਨੇ ਆਸ਼ੀਰਵਾਦ ਦਿੱਤੀ ਹੈ, ਬਚਿੱਤਰ ਸਿਆ ਹਾਥੀ ਹੈ ਮਸਤ। ਕਹਿੰਦੇ ਸੱਚੇ ਪਾਤਸ਼ਾਹ, ਇਹ ਮਸਤ ਹਾਥੀ ਜਿਹੜੇ ਰਾਜਿਆਂ ਦੇ ਛੱਡੇ ਹੋਏ ਨੇ, ਦੁਸ਼ਮਣਾਂ ਦੇ ਛੱਡੇ ਹੋਏ, ਜਿੱਥੇ ਤੁਹਾਡੀ ਆਸ਼ੀਰਵਾਦ ਉੱਥੇ ਫਤਿਹ ਫਤਿਹ ਹੈ। ਗੁਰੂ ਦੇ ਪਿਆਰਿਓ, ਉਸ ਵੇਲੇ ਨੇਜਾ ਇਹੋ ਜਿਹਾ ਤਿਆਰ ਕੀਤਾ, ਇਹੋ ਜਿਹੇ ਗੁਰੂ ਦੇ ਆਸ਼ੀਰਵਾਦ ਬਖਸ਼ਿਸ਼ ਕੀਤੀ ਭਾਈ ਬਚਿੱਤਰ ਸਿੰਘ ਨੇ। ਮੈਂ ਛੋਟੀ ਗੱਲ ਕਰ ਰਿਹਾ, ਭਾਈ ਬਚਿੱਤਰ ਸਿੰਘ ਨੇ ਮਸਤ ਹਾਥੀ ਦੇ ਮੱਥੇ 'ਤੇ ਲੱਗੇ ਹੋਏ ਗਾਰਡ ਨੂੰ, ਜਿਹਨੂੰ ਢਾਲ ਕਹਿੰਦੇ ਆ, ਉਹਦੇ ਵਿੱਚ ਇਹੋ ਜਿਹਾ ਵਰਸ਼ਾ ਮਾਰਿਆ, ਢਾਲ ਦੇ ਪਾਰ ਕਰ ਦਿੱਤਾ। ਔਰ ਮੱਥੇ ਵਿੱਚ ਜਦੋਂ ਮਸਤ ਹਾਥੀ ਦੇ ਲੱਗਾ ਨਾ ਵਰਸ਼ਾ, ਕਮਲ ਦਾ ਹੋਇਆ, ਰੌਲੂ ਪਾਉਂਦਾ ਹੋਇਆ, ਚੀਕਾਂ ਮਾਰਦਾ, ਚਿੰਗਾੜ ਦਾ ਹੋਇਆ, ਪਿੱਛੇ ਨੂੰ ਦੌੜਿਆ, ਅਤੇ ਪਹਾੜੀਆਂ ਦੀ ਰਾਜਿਆਂ ਦੀ ਫੌਜ ਪਿੱਛੇ ਨੂੰ ਮੁੜ ਗਈ, ਜਿਹੜੀ ਕਿ ਲੱਖਾਂ ਦੀ ਤਾਦਾਦ ਵਿੱਚ ਸੀ। ਜਦੋਂ ਵਾਪਸ ਆਏ, ਗੁਰੂ ਨੂੰ ਮੱਥਾ ਟੇਕਿਆ, ਇਸੇ ਹੀ ਖੁਸ਼ੀ ਦੇ ਵਿੱਚ ਸਾਰੇ ਉਹਨਾਂ ਸੇਵਾਦਾਰਾਂ ਨੂੰ ਇਕੱਠੇ ਕੀਤਾ ਮਹਾਰਾਜ ਜੀ ਨੇ, ਹਜ਼ਾਰ ਰੁਪਈਆ ਦਿੱਤਾ। ਇਤਿਹਾਸ ਦੱਸਦਾ ਉਸ ਵੇਲੇ ਹਜ਼ਾਰ ਅੱਜ ਦੇ ਲੱਖਾਂ ਕਰੋੜਾਂ ਰੁਪਈਆ ਨਾਲ ਦਾ। ਮਾਈ ਨੇ ਕਿਹਾ ਵੀ ਆ ਲਓ ਹਜ਼ਾਰ ਰੁਪਈਆ, ਇਹਦੀ ਦੇਗ ਤਿਆਰ ਕਰੋ, ਲਿਆਓ ਰਸ਼ਦ, ਰਸਦ ਲਿਆ ਕੇ ਦੇਗ ਬਣਾਓ। ਦੇਗ ਬਣਾ ਕੇ ਕਿਸੇ ਨੇ ਵਰਤਾਉਣਾ ਨਹੀਂ, ਮੈਂ ਕੋਲੋਂ ਨਹੀਂ ਗੱਲ ਕਰ ਰਿਹਾ, ਇਤਿਹਾਸ ਦੱਸ ਰਿਹਾ, ਕਿਸੇ ਨੇ ਵਰਤਾਉਣਾ ਨਹੀਂ। ਜੋ ਸੰਗਤ ਹੈ ਆਪਣੀ ਮਰਜ਼ੀ ਨਾਲ ਜਿੰਨਾ ਚਾਹੇ, ਜਿਹਨੂੰ ਕਹਿੰਦੇ ਆ ਇਹਦੀ ਲੁੱਟ ਮਚਾ ਦਿਓ, ਜਿੰਨਾ ਵੀ ਛਕਣਾ ਚਾਹੇ ਬੜੇ ਪਿਆਰ ਨਾਲ ਛਕ ਸਕਦੇ ਨੇ। ਸੋ ਗੁਰੂ ਦੇ ਪਿਆਰਿਓ, ਉੱਥੇ ਇੱਕ ਸੇਵਕ ਬਾਬਾ ਬੁੱਢਾ ਜੀ ਦਾ ਪੜਪੋਤਾ, ਜਿਹਨੂੰ ਭਾਈ ਕੋਇਰ ਸਾਹਿਬ ਵੀ ਕਹਿੰਦੇ ਨੇ ਅਤੇ ਬਾਬਾ ਗੁਰਬਖਸ਼ ਸਿੰਘ ਜੀ ਵੀ ਕਹਿੰਦੇ ਨੇ, ਉਹ ਵੀ ਉੱਥੇ ਬੈਠੇ ਦੇ ਨੇ। ਇਹ ਚੋਜੀ ਪ੍ਰੀਤਮ ਦੇ ਕੌਤਕ ਨੂੰ ਦੇਖ ਰਿਹਾ ਵੀ ਮਹਾਰਾਜ ਨੇ ਅੱਜ ਇਹ ਕਿਹੋ ਜਿਹਾ ਕੌਤਕ ਰਚਾਇਆ। ਧਿਆਨ ਦਿਓ ਗੁਰੂ ਦੇ ਪਿਆਰਿਓ, ਜਿਸ ਵੇਲੇ ਫਿਰ ਗੁਰੂ ਸਾਹਿਬ ਜੀ ਆਏ ਨੇ, ਦੇਖਿਆ ਵੀ ਸੰਗਤਾਂ ਨੇ ਜੋ ਪ੍ਰਸ਼ਾਦ ਹੈ, ਜੋ ਦੇਗ ਛਕੀ ਹੈ, ਅਤੇ ਦੇਖਿਆ ਕਿ ਭਾਈ ਕੋਇਰ ਜੀ, ਬਾਬਾ ਗੁਰਬਖਸ਼ ਸਿੰਘ ਜੀ ਇੱਕ ਪਾਸੇ ਬੈਠੇ ਨੇ, ਉਹਨਾਂ ਨੇ ਪ੍ਰਸ਼ਾਦ ਨਹੀਂ ਛਕਿਆ। ਅਤੇ ਮਹਾਰਾਜ ਨੇ ਪੁੱਛਿਆ, ਬਾਬਾ ਜੀ ਤੁਸੀਂ ਇਹ ਵਿੱਚ ਹਿੱਸਾ ਨਹੀਂ ਲਿਆ? ਅਤੇ ਉਸ ਵੇਲੇ ਉਹਨਾਂ ਨੇ ਕਿਹਾ, ਕਹਿੰਦੇ ਮਹਾਰਾਜ ਜੀ ਮੈਂ ਦੇਖਿਆ ਵੀ ਇੱਦਾਂ ਚੰਗਾ ਨਹੀਂ ਮੈਨੂੰ ਲੱਗਾ। ਅਤੇ ਮਹਾਰਾਜ ਨੇ ਕਿਹਾ, ਚੰਗਾ ਹੋਵੇ ਜਾਂ ਮਾੜਾ ਹੋਵੇ, ਗੁਰੂ ਦਾ ਹੁਕਮ ਜਿਹੜਾ ਹੈ ਮੰਨਣ ਵਾਲਾ ਉਹ ਸੇਵਕ ਹੁੰਦਾ।
ਸੋ ਦੇ ਪਿਆਰਿਓ ਉੱਥੇ ਹੀ ਮਾਝ ਨੇ ਹੁਕਮ ਕੀਤਾ ਜਿਹੜਾ ਗੁਰੂ ਦਾ ਹੁਕਮ ਮੰਨਦਾ ਉਹ ਸੇਵਕ ਹੈ ਅਤੇ ਅੱਜ ਅਸੀਂ ਗੁਰੂ ਦਾ ਹੁਕਮ ਮੰਨ ਲਈਏ। ਮੈਂ ਅੱਗੇ ਵੀ ਬਹੁਤ ਵਾਰੀ ਬੇਨਤੀ ਕੀਤੀ ਮੈਂ ਕਿਸੇ ਨੂੰ ਲਾ ਕੇ ਕਿਸੇ ਨੂੰ ਟਾਂਚ ਕਿਉਂਕਿ ਗੁਰੂ ਦਾ ਹੁਕਮ ਮੇਰਾ ਆਪਣਾ ਹੁਕਮ ਨਹੀਂ। ਅੱਜ ਵੀ ਸਾਨੂੰ ਜਾਤ ਪਾਤ ਖਤਮ ਕਰਕੇ ਉਹ ਪਿੰਡਾਂ ਵਿੱਚ ਜੇ ਗਰੀਬਾਂ ਦੇ ਗੁਰਦੁਆਰੇ ਆ ਢਾਉਣ ਦੀ ਬਜਾਏ ਉਹਨਾਂ ਦਾ ਸਹਾਰਾ ਦੇਈਏ। ਮੇਰੇ ਕੋਲ ਬਹੁਤ ਸਾਰੇ ਪ੍ਰੋਗਰਾਮ ਆਏ ਹੋਏ ਸੀ, ਅੱਜ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉਹਨਾਂ ਸੰਗਤਾਂ ਨੂੰ ਬੇਨਤੀ ਕਰਦਾ ਉਹ ਜਿਹੜੇ ਗੁਰਦੁਆਰੇ ਢਾਉਂਦੇ ਆ ਉੱਥੇ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਜੇਕਰ ਸਰਕਾਰ ਕਿਸੇ ਨੂੰ ਗੁਰੂ ਘਰ ਧਰਮਸ਼ਾਲਾ ਬਣਾਉਣ ਵਾਸਤੇ ਕੋਈ ਜਗ੍ਹਾ ਦਿੰਦੀ ਹੈ ਉਹ ਵੀ ਸੰਗਤਾਂ ਦੇ ਭਲੇ ਵਾਸਤੇ ਹੈ। ਮਹਾਰਾਜ ਨੇ ਮਾਨਵਤਾ ਦਾ ਭਲਾ ਕੀਤਾ, ਮਾਨਵਤਾ ਦੇ ਭਲੇ ਵਾਸਤੇ ਸਰਵੰਸ ਦਾਨ ਕਰ ਦਿੱਤਾ। ਉਹ ਗੁਰੂ ਨੂੰ ਮੰਨਣ ਵਾਲਿਓ ਆਓ ਰਲ ਮਿਲ ਕੇ ਪਿੰਡਾਂ ਦੇ ਵਿੱਚ ਵੀ ਪਿਆਰ ਬਣਾਈਏ, ਜਾਤ ਪਾਤ ਦੇ ਕੋੜ ਨੂੰ ਖਤਮ ਕਰੀਏ। ਇੱਥੇ ਹੀ ਸਭ ਕੁਛ ਰਹਿਣਾ, ਨਾ ਗੇ ਆਵਣ ਨਾ ਗ ਜਾਣਾ, ਖਾਲੀ ਹੱਥੀ ਜਾਣਾ, ਕਿਸੇ ਨੂੰ ਨਾਲ ਨਹੀਂ ਲੈ ਕੇ ਜਾਣਾ, ਕਿਸੇ ਦੇ ਨਾ ਜ਼ਮੀਨਾਂ ਨਾਲ ਜਾਣੀਆਂ ਨਾ ਵੱਡੇ ਵੱਡੇ ਚੈੱਕ ਜਾਣੇ ਆ, ਖਾਲੀ ਹੱਥ ਜਾਣਾ, ਖਾਲੀ ਹੱਥ ਜਾਣਾ। ਸੋ ਗੁਰੂ ਦੇ ਪਿਆਰਿਓ ਆਓ ਸਤਿਗੁਰਾਂ ਦੇ ਹੁਕਮ ਮੰਨ ਕੇ, ਜੇਕਰ ਸਤਿਗੁਰਾਂ ਨੇ ਸਾਨੂੰ ਭਾਈਚਾਰੇ ਦੇ ਨਾਲ ਬੰਨਿਆ ਭਾਈਚਾਰਾ ਕਾਇਮ ਕਰੀਏ, ਤਾਂਹੀਓ ਹੀ ਅਸੀਂ ਗੁਰੂ ਦੇ ਸੇਕ ਆ ਸਕਦੇ ਹਾਂ। ਸੋ ਗੁਰੂ ਦੇ ਪਿਆਰਿਓ ਅੱਜ ਵੀ ਸੰਤਾਂ ਮਹਾਂਪੁਰਸ਼ਾਂ ਦਾ ਮੈਂ ਗੀਤ ਲਾਇਆ ਸੀਗਾ, ਉਹਨਾਂ ਦਾ ਵੀ ਜਨਮ ਦਿਹਾੜਾ ਮਨਾਇਆ। ਸੋ ਇੱਥੇ ਹੀ ਮੈਂ ਇੱਕ ਹੋਰ ਲੰਗਰ ਦੀ ਗੱਲ ਕਰਦਿਆਂ, ਲੰਗਰ ਦੀ ਗੱਲ ਕਰਦਿਆਂ, ਜਿੱਥੇ ਅੱਜ ਵੀ ਲੰਗਰਾਂ ਦੇ ਉੱਤੇ ਕਈ ਵਿਤਕਰੇ, ਪਰ ਉਹ ਲੋਕ ਕਰਦੇ ਨੇ ਜਿਹੜੇ ਬਾਣੀ ਨੂੰ ਨਹੀਂ ਸਮਝ ਸਕੇ, ਉਹ ਲੋਕ ਵਿਤਕਰਾ ਕਰਦੇ ਨੇ ਜਿਹੜੇ ਸੂਝਵਾਨ ਨੇ, ਬੁੱਧੀਮਾਨ ਨੇ, ਜਿਨ੍ਹਾਂ ਦੇ ਹਿਰਦੇ ਵਿੱਚ ਬਾਣੀ ਵੱਸ ਗਈ ਹੈ, ਜਿਨ੍ਹਾਂ ਦੇ ਅੰਦਰ ਸਤਿਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਦਾ ਵਾਸਾ ਹੋ ਗਿਆ, ਬਾਣੀ ਦਾ ਵਾਸਾ ਹੋ ਗਿਆ, ਗੁਰੂ ਦੇ ਪਿਆਰੇ ਉਹਨਾਂ ਨੂੰ ਫਿਰ ਤੂੰ ਹੀ ਤੂੰ ਦੇਖਦਾ, ਉਹਨੂੰ ਫਿਰ ਧੌਣ ਵਿੱਚ ਕੀਲਾ ਨਹੀਂ ਅੜਿਆ ਦੇਖਦਾ ਕਿ ਮੈਂ ਫਲਾਨੀ ਜ਼ਮੀਨਾਂ ਦਾ ਮਾਲਕ ਹੈ, ਉਹਨੂੰ ਫਿਰ ਉਹੀ ਦੇਖਦਾ ਬੇ ਸਭ ਘੱਟ ਹਰ ਕੋ ਵਾਸ ਹੈ, ਸਾਰਿਆਂ ਦੇ ਅੰਦਰ ਉਹਦੀ ਜੋਤ ਜਾਗ ਰਹੀ ਹੈ, ਸਾਰੇ ਉਹਦੇ ਹੀ ਬੰਦੇ ਨੇ। ਏਕ ਪਿਤਾ ਏਕ ਸਕੇ ਅੰਬਾਰਕ ਅੱਬਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੱਗ ਉਪਜਿਆ, ਕੌਣ ਭਲੇ ਕੌ ਮੰਦੇ। ਗੁਰੂ ਦੇ ਪਿਆਰਿਓ ਰੁਮਾਲੇ ਪਛਾਕੇ ਗੁਰੂ ਸਾਹਿਬਾਂ ਨੂੰ ਭੇਂਟ ਕਰਨੇ ਚਾਹੀਦੇ ਹੈ, ਭੇਂਟ ਕਰਨ ਤੋਂ ਬਾਅਦ ਚੱਕ ਕੇ ਪੜ੍ਹ ਵੀ ਲੈਣਾ ਚਾਹੀਦਾ ਮੇਰਾ ਹੁਕਮ ਕੀ, ਗੁਰੂ ਮੇਰਾ ਹੁਕਮ ਕੀ ਕਰ ਰਿਹਾ। ਜੇ ਗੁਰੂ ਨੂੰ ਮੱਥਾ ਟੇਕਦੇ ਹਾਂ, ਜੇ ਗੁਰੂ ਦੇ ਅੱਗੇ ਸਰੰਡਰ ਕਰਦੇ ਹਾਂ ਆਪਣੇ ਆਪ ਨੂੰ ਮੱਥਾ ਟੇਕਣ ਲੱਗਿਆਂ, ਤਾਂ ਸਾਨੂੰ ਉਸ ਵੇਲੇ ਗੁਰੂ ਦਾ ਹੁਕਮ ਵੀ ਮੰਨ ਲੈਣਾ ਚਾਹੀਦਾ ਵੀ ਮੈਂ ਤੈਨੂੰ ਕਹਿ ਕੀ ਰਿਹਾ, ਤੈਨੂੰ ਮੰਨ ਲੈਣਾ ਚਾਹੀਦਾ। ਸੋ ਗੁਰੂ ਦੇ ਪਿਆਰਿਓ ਆਓ ਗੁਰੂ ਦੇ ਪਿਆਰਿਓ ਲੰਗਰ ਇੱਕ ਦਿਨ ਮਹਾਰਾਜ ਜੀ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜੈ ਗੁਰਦੇਵ ਜੀ। ਨਮੋ ਬੁੱਧਾ ਜੈ ਭੀਮ ਜੈ ਗੁਰਦੇਵ ਤੇ ਜੈ ਭਾਰਤ। ਹਾਂਜੀ ਜੈ ਬੀਬੀ ਜੀ ਜੈ ਗੁਰਦੇਵ ਨਮੋ ਬੁੱਧਾ ਜੀ ਆਓ ਜੀ ਆਇਆਂ ਨੂੰ। ਮੈਂ ਪਹਿਲਾਂ ਸਤਿਗੁਰੂ ਗੋਬਿੰਦ ਸਿੰਘ ਨੂੰ ਲੱਖ ਲੱਖ ਵਾਰੀ ਪ੍ਰਣਾਮ ਕਰਦੀ ਤਾਂ ਕਾਂਸੀ ਟੈਲੀਵਿਜ਼ਨ ਨੂੰ ਵੀ ਕਰਦੀ ਆ। ਆਪਾਂ ਦੇਖੋ ਕੋਈ ਗੁਰੂ ਕੋਈ ਪੀਰ ਹੈ ਤਾਂ ਇੱਕ ਹੀ ਜੋਤ ਦੀਵਾ ਤੇ ਇੱਕੋ ਹੀ ਜਗਦਾ ਨਾ ਜੀ। ਜੇ ਆਪਾਂ ਇੱਕ ਹੀ ਦੀਵੇ ਚ ਬਹਿ ਜਾਈਏ ਤਾਂ ਆਪਣੇ ਤਾਂ ਕਿਸੇ ਚ ਕੋਈ ਫਰਕ ਹੀ ਨਹੀਂ ਹੋਣਾ ਚਾਹੀਦਾ। ਮੈਂ ਤਾਂ ਇਹੋ ਹੀ ਕਹਿੰਦੀ ਆ ਕਿ ਲੱਖ ਲੱਖ ਵਾਰੀ ਪ੍ਰਣਾਮ ਕਰਦੀ ਆ, ਨਵਾਂ ਸਾਲ ਸੁੱਖ ਦਾ ਚੜੇ ਤਾਂ ਸਾਰੇ ਦੇ ਸੁੱਖ ਲਿਆਵੇ, ਕੋਈ ਨਾ ਉੱਚਾ ਕੋਈ ਨੀਵਾਂ, ਜਿੱਦਣ ਜਾਂਦਾ ਉਦੋਂ ਤਾਂ ਸਾਰੇ ਚੱਲ ਜਾਂਦੇ ਆ। ਕਰੋਨਾ ਦੇਖਦਾ ਕੌਣ ਚੰਗਾ ਕੌਣ ਬੀਬਾ। ਮੈਂ ਤੈਨੂੰ ਇੱਕ ਗੱਲ ਸੌਂਕੀ ਕਹਿੰਦੀ ਆ, ਰੱਬ ਤੈਨੂੰ ਮੇਰੀ ਵੀ ਉਮਰ ਲਾਵੇ ਵੀਰਾ, ਇਹਨਾਂ ਨੂੰ ਏਦਾਂ ਦੀਆਂ ਗੱਲਾਂ ਸਿਖਾ, ਦੁਨੀਆਂ ਤੇ ਕੁਛ ਵੀ ਨਹੀਂ ਆ, ਕੱਲੇ ਮਾਲਕ ਦਾ ਨਾਂ ਇੱਕੋ ਹੀ ਆ, ਸਤਨਾਮ ਸਤਨਾਮ ਸਤਨਾਮ। ਬੀਬੀ ਜੀ ਆਪਣੀ ਆਪਣੀ ਭੋਗੋ, ਆਪਣੀ ਆਪਣੀ ਤੁਹਾਡੀ ਉਮਰ ਤੁਹਾਨੂੰ ਲੱਗੇ ਜਿੰਨੀ ਕੁ ਮੇਰੀ ਆ, ਨਿਭ ਜਾ ਗੁਰੂ ਦੇ ਨਾਲ। ਪਰ ਇੱਕ ਗੱਲ ਹੈਗੀ ਆ, ਜਦ ਆਪਾਂ ਗੁਰੂ ਦੇ ਘਰ ਬਹਿ ਗਏ ਤਾਂ ਫੇਰ ਤਾਂ ਆਪਾਂ ਨੂੰ ਕੁਛ ਨਹੀਂ ਹੋਰ ਚਾਹੀਦਾ, ਗੁਰੂ ਹੀ ਮਿਲ ਜਾਵੇ ਉਹੀ ਬਹੁਤ ਆ। ਮਿਲ ਗਿਆ ਤੁਸੀਂ ਉਹਦੇ ਹੁਕਮ ਨੂੰ ਮੰਨੋ, ਗੁਰੂ ਤੁਹਾਡੇ ਨਾਲ ਆ, ਬਸ ਉਹ ਤਾਂ ਆਪਣੇ ਨਾਲ ਰਹਿੰਦਾ, ਆਪਾਂ ਨਹੀਂ ਦੇਖਦੇ। ਧੰਨਵਾਦ ਬੀਬੀ ਜੀ, ਧੰਨਵਾਦ ਧੰਨਵਾਦ। ਸੋ ਗੁਰੂ ਦੇ ਪਿਆਰਿਓ ਸਤਿਗੁਰੂ ਗੋਬਿੰਦ ਸਿੰਘ ਜੀ ਮੈਂ ਗੱਲ ਕਰਕੇ ਅਗਲਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ। ਲੰਗਰ ਛਕਣ ਦੇ ਬਹਾਨੇ ਅਤਿਥੀ ਬਣ ਕੇ ਭੇਸ ਬਦਲ ਲਿਆ ਹਰ ਕੈਂਪ ਦੇ ਵਿੱਚ, ਜਿੱਥੇ ਜਿੱਥੇ ਮਹਾਰਾਜ ਜੀ ਦੇ ਸੇਵਕ ਬੈਠੇ ਸੀ ਆਪਣਾ ਆਪਣਾ ਲੰਗਰ ਬਣਾ ਰਹੇ ਸੀ, ਅਤੇ ਮਹਾਰਾਜ ਜੀ ਨੇ ਆਪਣਾ ਰੂਪ ਭੇਸ ਵਟਾ ਕੇ ਅਤਿਥੀ ਦੇ ਰੂਪ ਵਿੱਚ ਸਾਰੇ ਹਰ ਥਾਂ 'ਤੇ ਗਏ ਨੇ।
ਜਾ ਕੇ ਹਰ ਕੈਂਪ ਦੇ ਵਿੱਚ ਪੁੱਛਿਆ, ਜਿੱਥੇ ਜਿੱਥੇ ਗੁਰੂ ਜੀ ਦੇ ਸਿੱਖ ਬੈਠੇ ਸੀ, ਭਾਈ ਭੁੱਖ ਲੱਗੀ ਆ? ਕਿਸੇ ਨੇ ਅੱਗੇ ਜਵਾਬ ਦਿੱਤਾ, ਅਜੇ ਸਤਿਗੁਰਾਂ ਨੂੰ ਭੋਗ ਨਹੀਂ ਲਵਾਇਆ, ਜਿੰਨਾ ਚਿਰ ਭੋਗ ਨਹੀਂ ਲੱਗਦਾ ਉਨਾ ਚਿਰ ਇਹ ਤੁਹਾਨੂੰ ਦੇ ਨਹੀਂ ਸਕਦੇ। ਦੂਸਰੀ ਜਗ੍ਹਾ 'ਤੇ ਗਏ, ਉਹਨਾਂ ਨੇ ਕਿਹਾ ਜੀ ਅਸੀਂ ਦਾਲਾਂ ਕੱਚਿਆ ਆ। ਤੀਸਰੀ ਜਗ੍ਹਾ 'ਤੇ ਕਿਹਾ ਜੀ ਆਟਾ ਗੁੰਨਣ ਵਾਲਾ। ਚੌਥੀ ਜਗ੍ਹਾ 'ਤੇ ਗਏ, ਕਹਿੰਦੇ ਅਜੇ ਅਸੀਂ ਤਿਆਰ ਹੀ ਨਹੀਂ ਹੋਏ। ਪੰਜਵੀਂ ਜਗ੍ਹਾ ਜਿਹੜਾ ਲੰਗਰ ਸੀ ਉਹ ਭਾਈ ਨੰਦ ਲਾਲ ਜੀ ਦਾ ਸੀਗਾ। ਜਦੋਂ ਮਹਾਰਾਜ ਨੇ ਉੱਥੇ ਜਾ ਕੇ ਕਿਹਾ, ਉਹਨਾਂ ਨੂੰ ਇਹ ਨਹੀਂ ਪਤਾ ਕਿ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਜੀ ਅਤਿਥੀ ਦੇ ਰੂਪ ਵਿੱਚ ਆਏ ਨੇ, ਅਤੇ ਜਾ ਕੇ ਕਹਿੰਦੇ ਵੀ ਭੁੱਖ ਲੱਗੀ ਆ ਭਗਤਾ, ਸੇਵਕਾ ਸਿੱਖਾ ਮੈਨੂੰ ਲੰਗਰ ਛਕਾ, ਅਤੇ ਅੰਦਰੋਂ ਲੰਗਰ ਲੈ ਕੇ ਆਏ। ਕਹਿੰਦੇ ਮਹਾਰਾਜ ਜੀ, ਬਾਬਾ ਜੀ, ਜੋ ਵੀ ਹੈਗਾ ਕੱਚਾ ਪੱਕਾ ਆ ਮੈਨੂੰ ਪਤਾ ਨਹੀਂ, ਪਰ ਮੇਰੇ ਗੁਰੂ ਦਾ ਹੁਕਮ ਹੈ ਵੀ ਜੋ ਲੰਗਰ ਛਕਣ ਆਵੇ, ਜਿੱਦਾਂ ਦਾ ਵੀ ਹੋਵੇ, ਉਹਨੂੰ ਖਾਲੀ ਨਹੀਂ ਮੋੜਨਾ, ਮੈਂ ਤੁਹਾਨੂੰ ਭੇਂਟ ਕਰ ਰਿਹਾ। ਗੁਰੂ ਦੇ ਪਿਆਰੇ, ਉਸ ਵੇਲੇ ਸਤਿਗੁਰਾਂ ਨੇ ਆਪਣਾ ਚੋਜ ਰਚਾਇਆ, ਭਾਈ ਨੰਦ ਲਾਲ ਜੀ ਨੂੰ ਆਸ਼ੀਰਵਾਦ ਦਿੱਤੀ ਵੀ ਇਹ ਲੰਗਰ ਲੋ ਜਿਹੜੇ ਆ ਤਪਦੇ ਰਹਿਣਗੇ, ਔਰ ਜਿਹੜਾ ਲੰਗਰ ਛਕਣ ਆਵੇ, ਜਿਹੜਾ ਬੰਦਾ ਉਹਨੂੰ ਮੋੜਦਾ, ਗੁਰੂ ਗੋਬਿੰਦ ਸਿੰਘ ਦਾ ਸੇਵਕ ਨਹੀਂ ਹੋ ਸਕਦਾ। ਮੈਂ ਜਿਹੜੀ ਗੱਲ ਕਰ ਰਿਹਾ, ਮੈਂ ਇਤਿਹਾਸ 'ਚੋਂ ਗੱਲ ਕਰ ਰਿਹਾ, ਮੈਂ ਆਪਣੇ ਕੋਲ ਕੋਈ ਗੱਲ ਨਹੀਂ ਕਰ ਰਿਹਾ, ਮੈਂ ਇਤਿਹਾਸ ਗੁਰੂ ਜੀ ਦਾ ਪੜ੍ਹ ਰਿਹਾ। ਸੋ ਆਓ, ਗੁਰੂ ਦੇ ਪਿਆਰੇ, ਜੇ ਮਹਾਰਾਜ ਨੇ ਏਡੇ ਏਡੇ ਚੋਜ ਰਚਾਏ ਆ, ਉਹ ਸਾਡੇ 'ਚੋਂ ਆ ਕੋਹੜ ਖਤਮ ਕਰਨ ਲਈ, ਹੈਂਕੜਬਾਜ਼ੀ ਕੱਢਣ ਲਈ, ਮਨਮੁਖਤਾ ਕੱਢਣ ਲਈ, ਗੁਰੂ ਦੇ ਪਿਆਰਿਓ ਦੁਸ਼ਟਪਨ ਕੱਢਣ ਲਈ, ਤਾਂ ਸਾਨੂੰ ਗੁਰੂ ਦਾ ਹੁਕਮ ਮੰਨ ਲੈਣਾ ਚਾਹੀਦਾ। ਜੈ ਗੁਰਦੇਵ ਜੀ। ਹਾਂਜੀ ਵੀਰ ਜੀ, ਅਤੇ ਮੈਂ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਸੇਵਾ ਦੇਣੀ ਆ। ਹਾਂਜੀ ਬੀਬੀ ਜੀ, ਹੁਕਮ। ਹਾਂਜੀ, 20 ਪਾਉਂਡ ਦੇਣੇ ਮੈਂ। ਕੀ ਨਾਮ? ਸ਼ੁਭ ਨਾਮ ਬੀਬੀ ਜੀ? ਲਾਜਪਾਲ, ਤੁਸੀਂ ਲਿਖੋ ਜੋ ਮੇਰੇ ਕਾਰਡ ਤੇ ਆ, ਐਲ ਕੇ ਰੰਧਾਵਾ। ਅੰਦਰ ਤੁਸੀਂ ਬੀਬੀ ਜੀ ਇਸੇ ਨੰਬਰ ਦੇ ਉੱਤੇ ਨਾ ਤੁਸੀਂ ਅੰਦਰ ਲਿਖਾ ਦਿਓ, ਤੁਹਾਡੇ ਪੈਸੇ ਉਹਨਾਂ ਨੇ ਲੈ ਲੈਣੇ ਆ। ਹਾਂਜੀ, ਨੰਬਰ ਤੁਸੀਂ ਲਿਖੋ ਨਾ, ਉਹਨਾਂ ਨੂੰ ਤੁਸੀਂ ਅੰਦਰ ਲਿਖਾ ਦਿਓ, ਉਹਨਾਂ ਲਿਖ ਲੈਣੇ ਆ। ਤੁਹਾਡਾ ਧੰਨਵਾਦ ਬੀਬੀ ਜੀ, ਤੁਹਾਡਾ ਨੰਬਰ ਉਹਨਾਂ ਲਿਖ ਲੈਣਾ, ਮੈਨੂੰ ਨਾਂ ਦੱਸ ਦਿਓ ਆਪਣਾ। ਸੋ ਬੀਬੀ ਜੀ, ਜਿਨ੍ਹਾਂ ਨੇ ਮਹਾਰਾਜ ਦੇ ਨਾਂ ਦੇ ਉੱਤੇ ਦੇਗ ਵਾਸਤੇ ਪੈਸੇ ਦਿੱਤੇ ਨੇ, 20 ਪਾਉਂਡ ਮਾਇਆ ਦਿੱਤੀ, ਧੰਨਵਾਦ। ਔਰ ਸਾਡੇ 25 ਪਾਉਂਡ ਮੋਹਨ ਲਾਲ ਜੀ ਉਹਨਾਂ ਦੇ ਵੱਲੋਂ ਵੀ ਆਏ ਨੇ, ਔਰ 50 ਪਾਉਂਡ ਮੈਂ ਅਗਲਾ ਪ੍ਰੋਗਰਾਮ ਤੁਹਾਨੂੰ ਦਿਖਾਉਣ ਜਾ ਰਿਹਾ, ਉਹਨਾਂ ਵੱਲੋਂ ਹਰਮੇਸ਼ ਰਤੂ ਜੀ ਦੇ ਪਰਿਵਾਰ ਵੱਲੋਂ ਆਏ ਨੇ, ਔਰ ਇਸੇ ਤਰੀਕੇ ਨਾਲ 25 ਪਾਉਂਡ ਹੋਰ ਵੀ ਕਿਸੇ ਸੇਵਾਦਾਰ ਨੇ ਭੇਜੇ ਨੇ। ਸੋ ਗੁਰੂ ਦੇ ਪਿਆਰਿਓ, ਰਾਮ ਜੀ ਕਵਿੰਟੀ ਤੋਂ, ਉਹ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ, ਬਾਬਾ ਨਿਰੰਜਨ ਦਾਸ ਜੀ ਮਹਾਰਾਜ ਦੇ ਨਾਂ ਦੇ ਉੱਤੇ ਵੀ ਉਹ ਵਧਾਈਆਂ ਦੇ ਰਹੇ ਨੇ। ਆਓ ਗੁਰੂ ਦੇ ਪਿਆਰੇ, ਮੈਂ ਅਗਲਾ ਪ੍ਰੋਗਰਾਮ ਲਾਉਣ ਜਾ ਰਿਹਾ, ਮੈਂ ਆਹੀ ਉਪਦੇਸ਼ ਲੈ ਕੇ, ਸਤਿਗੁਰਾਂ ਦਾ ਉਪਦੇਸ਼ ਲੈ ਕੇ, ਡੇਰਾ ਬੱਲਾਂ ਦੇ ਮਹਾਂਪੁਰਸ਼ ਵੀ ਇਹੀ ਉਪਦੇਸ਼ ਲੈ ਕੇ ਤੁਰੇ ਹੋਏ ਨੇ, ਮਾਨਵਤਾ ਦੇ ਭੱਲੇ ਵਾਸਤੇ, ਜਿੱਥੇ ਕਿਤੇ ਵੀ ਆ ਗੁਰੂ ਦੇ ਨਾਲ ਜੋੜ ਰਹੇ, ਨਾਮ ਦੇ ਨਾਲ ਜੋੜ ਰਹੇ ਨੇ। ਆਓ ਮੈਂ ਉਹ ਵੀ ਚੰਦ ਕੁ ਕਲਿੱਪ ਦਿਖਾਉਣ ਜਾ ਰਿਹਾ। ਸੋ ਗੁਰੂ ਦੇ ਪਿਆਰਿਓ, 6 ਤਰੀਕ ਨੂੰ ਬੱਲਾਂ ਦੇ ਵਿੱਚ ਸੰਤ ਨਿਰੰਜਨ ਦਾਸ ਜੀ ਬੱਲਾਂ ਵਾਲਿਆਂ ਦਾ 80ਵਾਂ ਜਨਮ ਦਿਹਾੜਾ ਮਨਾਇਆ ਗਿਆ, 80ਵਾਂ ਜਨਮ ਦਿਹਾੜਾ। ਔਰ ਜਨਮ ਦਿਹਾੜਾ ਉਹਨਾਂ ਮਹਾਂਪੁਰਸ਼ਾਂ ਦੇ ਮਨਾਏ ਜਾਂਦੇ ਜੋ ਕੌਮ ਦੇ ਲਈ ਕੁਛ ਕਰਦੇ ਨੇ, ਮਾਨਵਤਾ ਲਈ ਕੁਛ ਕਰਦੇ ਨੇ। ਜੇ ਮੈਂ ਉਹਨਾਂ ਦੇ ਕੀਤੇ ਹੋਏ 27 ਸਾਲ 5 ਮਹੀਨੇ 19 ਸਾਲ, ਹਾਂਜੀ ਲਾਓ ਜੀ ਲਾਓ, ਉਹਨਾਂ ਦੀ 27 ਸਾਲ 5 ਮਹੀਨੇ 19 ਦਿਨ ਅੱਜ ਉਹਨਾਂ ਨੂੰ ਗੱਦੀ 'ਤੇ ਬੈਠਿਆਂ ਨੇ ਹੋਏ ਨੇ। ਮੈਂ ਅੱਗੇ ਵੀ ਗੱਲ ਕੀਤੀ ਆ, ਕੋਈ ਵੀ ਇੱਕ ਦਿਨ ਨਹੀਂ ਲੰਘਦਾ ਜਿੱਦਣ ਉਹ ਪਰ ਉਪਕਾਰ ਨਹੀਂ ਕਰਦੇ। ਕਿਸੇ ਹਸਪਤਾਲ ਦਾ ਨੀਂਹ ਪੱਥਰ ਰੱਖਣਾ, ਗੁਰੂ ਘਰ ਦਾ ਨੀਂਹ ਪੱਥਰ ਰੱਖਣਾ, ਲੰਗਰ ਵਾਸਤੇ ਸੇਵਾ, ਕਿਸੇ ਗੁਰੂ ਘਰ ਨੂੰ ਬਣਾਉਣਾ, ਕਿਸੇ ਆਸ਼ਰਮ ਨੂੰ ਬਣਾਉਣਾ, ਕੁੜੀਆਂ ਦੇ, ਗਰੀਬ ਕੁੜੀਆਂ ਦੇ ਵਿਆਹ ਕਰਨੇ, ਨਿਮਾਣਿਆਂ ਨਿਤਾਣਿਆਂ ਨਿਓਟਿਆਂ ਨੂੰ ਮਾਇਕੀ ਸਹਾਇਤਾ ਦੇਣੀਆਂ, ਗੁਰੂ ਦੇ ਪਿਆਰੇ ਇਹਨਾਂ ਮਹਾਂਪੁਰਸ਼ਾਂ ਦਾ, ਇਹਨਾਂ ਨੇ ਇੰਨੇ ਸਾਲਾਂ ਦੇ ਵਿੱਚ ਇੰਨੇ ਪ੍ਰੋਜੈਕਟ ਵਿਚਾਰੇ ਨੇ, ਵੱਡੇ ਵੱਡੇ ਹਸਪਤਾਲ, ਵਿੱਦਿਆ ਕੇਂਦਰ, ਗੁਰੂ ਘਰ, ਆਸ਼ਰਮ ਅਤੇ ਨਾਮ ਜਪਾਉਣ ਵਾਸਤੇ ਗੁਰੂ ਦੇ ਪਿਆਰਿਓ ਇਹਨਾਂ ਨੇ ਸੰਗਤਾਂ ਦੇ ਵਿੱਚ ਬਹੁਤ ਵੱਡੇ ਵੱਡੇ ਪ੍ਰੋਜੈਕਟ ਬਣਾਏ ਨੇ। ਸੋ ਮਹਾਰਾਜ ਜੀ ਨੂੰ ਸੰਗਤਾਂ ਵੱਲੋਂ ਬਹੁਤ ਬਹੁਤ ਵਧਾਈਆਂ। ਕੱਲ੍ਹ 6 ਤਰੀਕ ਨੂੰ ਸੰਗਤਾਂ ਨੇ ਬੜੀ ਧੂਮਧਾਮ ਦੇ ਨਾਲ ਬੱਲਾਂ ਦੇ ਵਿੱਚ ਅਤੇ ਆਲੇ ਦੁਆਲੇ ਜਨਮ ਦਿਨ ਮਨਾਇਆ। ਔਰ ਇਹ ਮੈਂ ਦੇਖ ਰਿਹਾ, ਇਹ ਸੰਤ ਬਾਬਾ ਪ੍ਰਦੀਪ ਦਾਸ ਜੀ ਕਠਾਰ ਵਾਲੇ ਨਾਲ ਖੜ੍ਹੇ ਨੇ, ਇਹ ਦਿਖਾਉਣਾ ਬਹੁਤ ਜ਼ਰੂਰੀ ਹੈ। ਇਹਨਾਂ ਤੋਂ ਪਹਿਲਾਂ ਸੰਤ ਸੁਰਿੰਦਰ ਦਾਸ ਜੀ, ਜਿਹੜੇ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਕਠਾਰ ਵਾਲੇ, ਉਹਨਾਂ ਨੇ 8 ਸਾਲ ਵਿਛਾਈ ਦੀ ਸੇਵਾ ਕੀਤੀ ਹੈ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ।
उत्थे 8 साल सेवा की है, वेदांत दे विच ओ रहे ने। सो गुरु दे प्यारे हो, और उन्होंने पिछले साल उपर लोग सुधार कर गए सी, और उन्हां दी जगह ते जो अज महापुरश बैठे ने संत प्रदीप दास जी, उन्हां दी मर्यादा नू महाराज क्लिप दिखायो, उन्हां दी मर्यादा नू कि जदों संतां नू जन्म दिहाड़े दे उत्ते बधाई देण जांदे सी ते उदों महाराज जी नू फूल महलावा जां माया दे हार बना के पहनाउंदे सी। अज 6 तरीक नू प्रदीप दास जी ने भी कठार तो जाके उही मर्यादा रखी है। सो अगले मैं क्लिप दिखाउण जा रहा, सारे दिखा दिओ जी जिहड़े मैं तुहानूं दिखा रहा, प्लीज़ बारी बारी दिखाई जाओ। अज अमृतवाणी रविदासिया कम्युनिटी सेंटर पार्क रोड के उत्ते भी बाबा जी का जन्मदिन मनाया गया, उसकी सेवा लक्ष्मण दास जसिया सारा परिवार उन्होंने केक लिया संगतां वास्ते, अज बेअंत बेअंत संगतां सी, और उत्थे अज कंछी दे लंगर वास्ते भी संगतां ने बेअंत माया भेट की। सो अज संगतां ने उत्थे आ के, क्योंकि कंछी दे 16 फरवरी नूं सतगुरु रविदास माई दे माघ दी पुन्निया बड़ी धूमधाम नाल मनाई जा रही है, लंगर वास्ते ते सेवावां लोक बहुत धन धन तकरीबन कल भी असीं काफ़ी माया मारी नूं भेज चुके हैं, अज भी काफ़ी माया आई है। सो इस तरीके नाल गुरु के प्यारे कंछी का दरबार भी चढ़दियां कला विच आ, ट्रकां दे ट्रक उत्थे लंगर वास्ते जा रहे ने। सो ये अज उत्थे केक कट्टिया गया और संगतां ने अज जन्म दिहाड़ा उत्थे मनाया, काफ़ी संगत आईया, संगत सारिया का बहुत बहुत धन्यवाद। और बहुत सारिया संगत जिन्हों के बच्चों के जन्म दिहाड़े से, जिन्हों के पोत्या के जन्म दिहाड़े से, उन्होंने सरूप भी दिते गए ने। सो ये साढ़े बीबी शिंदो गुरु जी इन्हों जन्म दिहाड़ा सीगा घर के पोते का, उन्होंने सरूप दिता गया। और उस तो अगे गुरु के प्यारे साढ़े सत्कारयोग हरमेश रत्तू जी का परिवार, ये हरमेश रत्तू जी का परिवार है, इन्हों के 2 बच्चों ने डिग्रियां लिया, वो भी मैं तुम दिखाउण जा रहा। इन्हों वालों 50 पाउंड कंछी टीवी वास्ते आए ने, इन्हों अज सरूपा दिता गया, ये भी उत्थे अज संगता विच दर्शन देण गए हुए सी। सो गुरु के प्यारे आओ रल मिल के इस परिवार के कंछी टीवी के उत्ते मेरी बीबी भैन ये प्रोग्राम भी देंदे ने, प्रजेंटर भी ने, और ये उन्होंने सारा परिवार। सो गुरु के प्यारे जिन्होंने डिग्रियां प्राप्त कीतियां ने, और भाई साहब हरमेश रत्तू जी तुहाडे बच्चे जिहड़ा कि बड़ा लड़का है, जिन्होंने डॉक्टर की डिग्री प्राप्त की है, जसवीर कुमार रत्तू जी, और छोटा जिहड़ा तुहाडा लड़का अमरजीत रत्तू जी, और जिन्होंने डिग्री प्राप्त की है सतगुरां के पवित्र चरणों में, इहनूं कहिंदे ने बाबा साहब डॉक्टर अंबेडकर की उम्मीद, अविद्या हितकी नूं दूर करन वास्ते, अज एजुकेट होण वास्ते अज साडे बच्चे डिग्रियां लै के सूझवान हो रहे ने, बराबरता दे हक वास्ते जूझ रहे ने, और कोशिश कर रहे ने वी जिस गुरु ने नीचे ऊच करे मेरा गोविंद काहू ते ना डरे, उस छत्र शायर उस आशीर्वाद नूं लै के अज डिग्रियां प्राप्त करके अपने मां बाप का कौम का धर्म का समाज का नाम उच्चा कर रहे हैं, बड़ बड़िया डिग्रियां लै रहे हैं। गुरु के प्यारे लड़के डॉक्टर बने ने, बड़ बड़िया डिग्रियां लिया, PCS बन रहे हैं, IAS बन रहे हैं, IPS बन रहे हैं, IRS बन रहे हैं, बड़ बड़िया डिग्रियां तो गुरु के प्यारे पहुँच रहे हैं। बाबा साहब जी ने बस आही सुपना देखना सी, आही सुपने वास्ते उन्होंने साढ़े वास्ते कुरबानियां कीतियां। सो इस परिवार को बहुत बहुत बधाइया रत्तू जी, मेरी भैन बीबी हरमिंदर रत्तू जी, तुहानू बहुत बहुत बधाइया। नाल ही नानकियां नू साढ़े प्रधान स्वर्ण रमेली जी, तुहानू भी बहुत बहुत बधाइया, बीबी गुरबख्श कौर जी तुहानू भी बहुत बहुत बधाइया। सो ये गुरु के प्यारे, क्योंकि फिर मैं गल करा दरख्त जिहड़ा फल हुंदा है जड़ तो पछाणे जांदा, जे जड़ गुरु नाल जुड़ी हुई है तो सतगुर होए दयाल तो शरदा पूरी है, फिर गुरु दयाल हुंदा तुहाडी शरदा भी पूरी हुंदी है। शरदा जय गुरुदेव जी, जय गुरुदेव, जय गुरुदेव जी। हाँ जी, कौन बोल रहे जी? मैं लक्ष्मण बंगड़ बोल रहा। हाँ जी बंगड़ जी, जी आयानू। हाँ जी जी आयानू, सेहत किदा? ठीक वा है, सेहत ठीक वा बंगड़ जी? जी आया नू। हाँ जी, तुसी लाइव वहाँ हम बोल साहब ना? हाँ जी, हाँ जी, तुसी लाइव चल रहे हैं? हाँ जी शौंकी साहब जी, थोड़ा बहुत बहुत धन्यवाद मैं टाइम देता सतगुरां दा, थोड़ा ही टाइम है महाराज जी। जी आया नू। हाँ जी,
ਮੈਂ ਹੁਣ ਚਾਰ ਕਲਾਈਨਾਂ ਕਹਿਣੀਆਂ ਜਿੱਦਾਂ ਦੇ ਇਹ ਟੌਪਿਕ ਚੱਲਦਾ ਆ ਜੀ ਆਨੂੰ ਜੀ ਜੀ ਆਨੂੰ ਉਦੋਂ ਫਿਰ ਤੁਸੀਂ ਕਹਿੰਦੇ ਵੀ ਹੁਣ ਇਹ ਬ੍ਰੇਕ ਹੋ ਗਈ ਹਾਂਜੀ ਬ੍ਰੇਕ ਤੋਂ ਬਾਅਦ ਤੁਹਾਨੂੰ ਮੈਂ ਉਡੀਕ ਰਿਹਾ ਸੀ ਜੀ ਬਹੁਤ ਬਹੁਤ ਲੱਖ ਲੱਖ ਵਧਾਈਆਂ ਨੂੰ ਜੀ ਤੇ ਇਧਰ ਸਤਿਗੁਰ ਸਾਡੇ ਰਵਿਦਾਸ ਮਹਾਰਾਜ ਜੀ ਦਾ ਵੀ ਜਨਮ ਦਿਹਾੜਾ ਆ ਰਿਹਾ ਜੀ ਉਹਨਾਂ ਦੀਆਂ ਵੀ ਸਾਰੇ ਜਗਤ ਨੂੰ ਵਧਾਈਆਂ ਜੀ ਤੇ ਗੁਰੂ ਗੋਬਿੰਦ ਸਿੰਘ ਦੀ ਗੱਲ ਤੁਸੀਂ ਚਾਲੂ ਕੀਤੀ ਸੀਗੀ ਜੀ ਤੇ ਉਹਦੇ ਬੇਸ ਤੇ ਫਿਰ ਮੈਂ ਚਾਰ ਕਲਾਈਨਾਂ ਬੋਲਣੀਆਂ ਚਾਹੁੰਦਾ ਜੀ ਆਨ ਜੀ ਦੇਖੋ ਜੀ ਪਹਿਲਾਂ ਤਾਂ ਜਿਹੜੀ ਇਹ ਪੰਕਤੀ ਤੁਸੀਂ ਚਾਰੀ ਸੀ ਅਵਲ ਅੱਲਾ ਨੂਰ ਪਾ ਕੁਲ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜੋ ਕਵਨ ਭਲੇ ਘੁੰਮਦੇ ਜੀ ਇਹ ਇੱਕ ਇਹੋ ਜਿਹੀ ਪੰਕਤੀ ਆ ਜਿਹਨੇ ਦੁਨੀਆਂ ਨੂੰ ਚਾਲਣਾ ਕਰ ਦਿੱਤਾ ਵੀ ਦੁਨੀਆਂ ਦੇ ਲੋਕੋ ਤੁਸੀਂ ਜਾਤ ਪਾਤ ਚ ਨਾ ਪਵੋ ਨੂਰ ਸਾਰਿਆਂ ਚ ਕੋਈ ਆ ਜੀ ਜੋ ਜੋ ਜਿਹੜੇ ਜਨਮ ਬੱਚੇ ਨੇ ਲਿਆ ਉਹ ਸਾਰੇ ਸਾਰਿਆਂ ਦਾ ਜੀਆ ਜਾਂ ਈਵਨ ਵਾਸ਼ਿੰਗਟਨ ਪੀਸ ਦੇ ਵਿੱਚ ਵੀ ਉਹਦਾ ਨੂਰ ਆ ਜੀ ਰਾਈਟ ਸੋ ਇਸ ਕਰਕੇ ਇਹ ਬਹੁਤ ਵੱਡੀ ਇੱਕ ਗਿਆਨ ਦੀ ਪੰਕਤੀ ਆ ਤੇ ਬਾਕੀ ਜਿਹੜਾ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਇਹ ਜਦੋਂ ਕੌਤਕ ਰਚਿਆ ਜੀ ਪੰਡਾਲ ਦੇ ਵਿੱਚ ਆ ਕੇ ਨੰਗੀ ਤਲਵਾਰ ਫੜ ਕੇ ਕਹਿੰਦੇ ਇੱਕ ਸਿੱਖ ਦਾ ਸੀ ਚਾਹੀਦਾ ਜੀ ਹੁਣ ਜਦੋਂ ਉੱਥੇ ਨੰਗੀ ਤਲਵਾਰ ਦੇਖ ਕੇ ਔਰ ਉਹਨਾਂ ਦੇ ਚਿਹਰੇ ਦਾ ਜਲਾਲ ਦੇਖ ਕੇ ਹਰ ਇੱਕ ਬੰਦਾ ਇਹ ਅੰਦਾਜ਼ਾ ਲਾਉਂਦਾ ਸੀ ਵੀ ਗੁਰੂ ਸਾਹਿਬ ਕੀ ਕਰਨਾ ਚਾਹੁੰਦੇ ਆ ਜੀ ਪਰ ਉੱਥੇ ਜਿਹੜੇ ਫਿਰ ਪੰਡਾਲ ਦੇ ਵਿੱਚੋਂ ਜਿਹੜਾ ਪਹਿਲਾ ਬੰਦਾ ਉੱਠਿਆ ਭਾਈ ਦਇਆ ਸਿੰਘ ਜੀ ਹੁਣ ਉੱਥੇ ਦੇਖਦੇ ਕਹਿੰਦੇ ਵੀ ਜਿਹੜੇ ਪੰਜ ਪਿਆਰੇ ਉੱਠੇ ਪਹਿਲਾਂ ਧਰਮਦਾਸ ਸੀ ਤੁਸੀਂ ਹੋ ਵੀਰ ਪੰਜੇ ਜੀ ਜਾਤ ਤੁਸਾਂ ਦੀ ਅੱਜ ਤੋਂ ਖਾਲਸਾ ਹੈ ਪਾਲ ਬ੍ਰਹਮ ਦੀ ਤੁਸੀਂ ਤਸਵੀਰ ਪੰਜੇ ਜੀ ਚਾਹੋ ਗਊ ਗਰੀਬ ਦੀ ਕਰ ਰੱਖਿਆ ਜੀ ਫੜ ਲਓ ਹੱਥਾਂ ਦੇ ਵਸ ਸ਼ਮਸ਼ੀਰ ਪੰਜੇ ਜੀ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨਾ ਹੱਕ ਦੂਜਿਆਂ ਦਾ ਕਦੇ ਮਾਰਨਾ ਨੀ ਹੱਕ ਕੋਈ ਅਗਰ ਮਾਰੇ ਤੁਹਾਡਾ ਪੁੱਤਰ ਸਾਨੂੰ ਜੁਰਮ ਸਹਾਰਨਾ ਨੀ ਜੀ ਰਾਈਟ ਉਹਨਾਂ ਨੂੰ ਕਿਹਾ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਖਾਇਓ ਦੇਖੋ ਇੱਕ ਇੱਕ ਬੜੀ ਟੀਚਿੰਗ ਸੀ ਔਰ ਇਹ ਦੇਖ ਲਓ ਵੀ ਇਹ 1699 ਈਸਵੀ ਦਾ ਵਾਕਿਆ ਜੀ 1699 ਦਾ ਜੀ ਜੀ ਅਨੰਦਪੁਰ ਸਾਹਿਬ ਦਾ ਜੀ ਹੁਣ ਉਸ ਤੋਂ ਬਾਅਦ ਦੇਖ ਲਓ ਵੀ 300 ਸਾਲ ਤਕਰੀਬ ਤੋਂ ਵੀ ਜ਼ਿਆਦਾ ਬੀਤ ਗਿਆ ਜੀ ਰਾਈਟ ਜਿਹੜੀ ਉਹਨੇ ਏਕਤਾ ਦਿੱਤੀ ਸੀ ਉਹਨੂੰ ਬਹੁਤ ਚਿਰ ਲੱਗਾ ਸਦੀਆਂ ਲੱਗ ਗਈਆਂ ਇਹ ਮਤਲਬ ਇਹਨੂੰ ਪ੍ਰੈਕਟੀਕਲੀ ਰੂਪ ਦੇਣ ਲਈ ਰਾਈਟ ਜੀ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਅੱਜ ਸੰਸਾਰ ਦੇ ਵਿੱਚ ਜਾਤ ਪਾਤ ਕੋਈ ਘਟ ਗਿਆ ਪਰ ਅਜੇ 100% ਅਜੇ ਵੀ ਨਹੀਂ ਘਟੀ ਮਾਰੀ ਬਖਸ਼ਿਸ਼ ਕਰਨ ਗੁਰੂ ਕਿਰਪਾ ਕਰੇ ਬਾਕੀ ਇਹ ਸੱਚੇ ਪਾਤਸ਼ਾਹ ਦੀ ਦਾਤ ਆ ਸਾਰੀ ਉਹਦੇ ਆਪਾਂ ਸਾਰੇ ਹੈਗੇ ਹਾਂ ਉਹਨੇ ਆਪਾਂ ਨੂੰ ਸਾਚਿਆ ਰਾਈਟ ਅਤੇ ਜੇ ਆਪਾਂ ਸਾਰੇ ਉਹਦੇ ਜਿਹੜੇ ਬੰਦੇ ਉਹਦੇ ਹੋ ਗਏ ਕਹਿੰਦੇ ਜੇ ਤੂੰ ਮੇਰਾ ਹੋ ਰਹੇ ਸਭ ਜਗ ਤੇਰਾ ਹੋਏ ਸਤਿਗੁਰੂ ਫਰੀਦ ਜੀ ਮਹਾਰਾਜ ਬਸ ਜੇ ਤੂੰ ਮੇਰਾ ਹੋ ਰਿਹਾ ਸਭ ਜਗ ਤੇਰਾ ਹੋਏ ਆਪਾਂ ਜਦੋਂ ਰਿਐਲਿਟੀ ਨੂੰ ਸਮਝ ਲਈਏ ਇਹ ਸਾਰਾ ਜੱਗ ਹੀ ਆਪਾਂ ਸਾਰੇ ਭਾਈ ਭਰਾ ਆ ਜੇ ਤੂੰ ਵਿਸਗਾ ਕਰ ਦਈਏ ਤਾਂ ਸਾਰੇ ਗੁੱਡ ਐਜ਼ ਗੋਲਡ ਲਿਆ ਧੰਨਵਾਦ ਜੀ ਧੰਨਵਾਦ ਤੇ ਚਲੋ ਇੰਨੀ ਕੁ ਸੇਵਾ ਕਬੂਲ ਕਰਨਾ ਧੰਨਵਾਦ ਜੀ ਬੰਗੜ ਜੀ 30 ਪਾਉਂਡ ਤੁਸੀਂ ਦਿੱਤੇ ਆ ਜੀ ਮੇਰੇ ਨਾਮ ਤੇ ਲਿਖ ਦਿਓ ਧੰਨਵਾਦ ਜੀ ਬੰਗੜ ਜੀ ਵੱਲੋਂ 30 ਪਾਉਂਡ ਕੰਚੀ ਟੀ ਵਾਸਤੇ ਆਏ ਨੇ ਬਹੁਤ ਬਹੁਤ ਮਿਹਰਬਾਨੀ ਸੋ ਗੁਰੂ ਦੇ ਪਿਆਰਿਓ ਆਓ ਮੈਂ ਦਿਖਾ ਰਿਹਾ ਸੀ ਉਸ ਪਰਿਵਾਰ ਨੂੰ ਜਿਨ੍ਹਾਂ ਦੇ ਉੱਤੇ ਕਿਰਪਾ ਹੋਈ ਹੈ ਭਾਈ ਸਾਹਿਬ ਭਾਈ ਹਰਮੇਸ਼ ਰੱਤੂ ਜੀ ਬੀਬੀ ਹਰਮਿੰਦਰ ਰੱਤੂ ਜੀ ਔਰ ਉਸ ਤੋਂ ਬਾਅਦ ਅਗਲਾ ਮੈਂ ਪ੍ਰੋਗਰਾਮ ਆਪ ਜੀ ਨੂੰ ਦਿਖਾਉਣ ਜਾ ਰਿਹਾ ਹਾਂਜੀ ਤੁਸੀਂ ਲਾਓ ਜੀ ਉਹ ਵੀ ਸੋ ਇਹ ਜਿਵੇਂ ਕਿ ਕੇਕ ਅੱਜ ਉੱਥੇ ਕੱਟਿਆ ਗਿਆ ਅਮਰਪਾਣੀ ਸੈਂਟਰ ਦੇ ਵਿੱਚ ਉਹ ਮੈਂ ਤੁਹਾਨੂੰ ਦਿਖਾਈਆਂ ਪਹਿਲੇ ਵੀ ਦਿਖਾਈਆਂ ਇਸੇ ਤਰੀਕੇ ਨਾਲ ਦਿਖਾ ਦਿਓ ਜੀ ਅਗਲੀਆਂ ਵੀ ਇਹ ਬੱਚੇ ਸੰਤੋਖ ਖੜ੍ਹੇ ਆ ਨਿਕਲ ਖੜ੍ਹੇ ਆ ਸੋਨਾਲੀ ਸਿਮਰਨ
अपने चौहान फैमिली दे विचों बॉबी दा लड़का, फिर गीता दी लड़की है जैसिका, तो ये सारे बच्चे जिन्ने भी खड़े ने इन्हां जस्सी परिवार वालों, सो बच्चे दोते दोतिया सारे गुरु माई की कृपा नाल खड़े ने। अज उन्होंने सेवा जो की है, जस्सी जी तुहानूं बहुत बहुत बधाइयां, तुसीं अज सेवा भी की, बेअंत बेअंत माया दित्ती है। और टंडा साहब जी ने भी उत्थे अज 500 पाउंड दे के आए ने। सो जी हाँ जी अगला जी जी, सो अज जिहड़ी जिहड़ियां संगत आईयां सी, आरती उतारण की गई उस वेले, सो गुरु के प्यारे सारी संगत दिखाई जाओ जी नाल नाल, क्योंकि जिन्नियां भी असीं दिखाईए संगत काफ़ी सी, क्योंकि काफ़ी संगत होंदियां। ये उस परिवार को जस्सी परिवार को सरूपा भी दिता गया, सो क्योंकि सेवावां जदों गुरु दियां कीतियां ते फिर गुरु दियां संगतां दा प्यार जरूर बनता है। ये कोई आदमी सरूपा नहीं दिंदा, ये संगतां दा प्यार हुंदा है। सरूपा ही आशीर्वाद ही संगतां दा चाहिदा है, क्योंकि गुरु साध संगत के घर वसे एको सच्चा सोए, गुरु संगत च बैठा हुंदा। जय गुरुदेव जी। हाँ जी सत्कार योग वीर जी, सिमरजीत कौर चाल बोलती है, जय गुरुदेव। बीबी जी जय गुरुदेव, आओ जी आन बीबी जी। हाँ जी वीर जी, मैं गुरु गोबिंद सिंह जी के जन्मदिन दिया, फिर सतगुरु निरंजन दास जी के जन्मदिन दिया, फिर मैं सतगुरु रविदास जी के जन्मदिन दिया, मैं सारे स्रोतियों ने मैं लख लख बधाइया दिंदी हाँ। धन्यवाद बीबी जी। हाँ जी, तो वीर जी अमरिंदर रत्तू भैन जी के काके ने डिग्री ली आ, मैं उन्होंने भी भाजी नू ते भैन जी नू सारे परिवार नू मैं बहुत बहुत बधाइया दिंदी हां डिग्री लैण दियां जी। हाँ जी काका, जिदा कहिंदे हुंदे आ मां बाप दा आग्याकारी होवे देश कौम दा नां उच्चा करे जी, सच्चे पातशाह उहनूं चढ़दी कला विच रखे ते तंदुरुस्ती देवे जी। हाँ जी, होर भी जिन्हां भैण भरावां ने सेवा पाई आ, जिन्हां दा हुण तुसीं नां लिया आ, उहनां नू भी वाहिगुरु तंदुरुस्ती देवे, जिन्हां खजानियां चों माया आई आ ਉਹ ਖਜ਼ਾਨੇ ਸਤਿਗੁਰ ਪਾਤਸ਼ਾਹ ਭਰਪੂਰ ਕਰੇ, ਇੰਨਾ ਕੁ ਕਹਿੰਦੀ ਹੋਈ ਵੀਰ ਜੀ, ਜੈ ਗੁਰਦੇਵ। ਧੰਨਵਾਦ ਜੈ ਗੁਰਦੇਵ ਬੀਬੀ ਜੀ, ਚਾਲ ਬੀਬੀ ਜੀ ਨੇ ਬਹੁਤ ਪਿਆਰ ਨਾਲ ਆਸ਼ੀਰਵਾਦ ਦਾ ਬਖਸ਼ਿਸ਼ ਕੀਤੀਆਂ। ਇਹੀ ਤਾਂ ਬਾਣੀ ਸਾਨੂੰ ਕਹਿੰਦੀ ਹੈ, ਗੁਰ ਪੂਰਾ ਜਿਨ ਸਿਮਰਿਆ ਸਹੀ ਭੈ ਨਿਹਾਲ, ਸ਼ਲੋਕ ਮਹੱਲਾ ਪੰਜਵਾਂ ਗੁਰੂ ਦੇ ਪਿਆਰਿਓ, ਪੰਨਾ ਨੰਬਰ 1423 ਦੇ ਉੱਤੇ ਬਚਨ ਆਉਂਦੇ ਨੇ, ਉਹ ਨਿਹਾਲ ਹੋ ਜਾਂਦੇ ਨੇ ਜਿਹੜੇ ਗੁਰੂ ਨੂੰ ਪੂਜਦੇ ਨੇ, ਜਿਹੜੇ ਗੁਰੂ ਦੇ ਚਰਨਾਂ ਵਿੱਚ ਹਰ ਵੇਲੇ ਮਨ ਬਿਰਤੀ ਇਕਾਗਰ ਹੋ ਕੇ ਬਹਿੰਦੇ ਨੇ, ਉਹਦੇ ਚਰਨਾਂ 'ਚ ਝੋਲੀਆਂ ਖਿਲਾਰਦੇ ਨੇ, ਫਿਰ ਇਹੋ ਜਿਹੀਆਂ ਦਾਤਾਂ ਪ੍ਰਾਪਤ, ਪੋਤੇ ਵੀ ਮਿਲਦੇ ਨੇ, ਕਾਰਾਂ ਵੀ ਕੋਠੀਆਂ ਸਾਰੀਆਂ ਦਾਤਾਂ, ਜੋ ਤੁਸੀਂ ਜੋ ਮੰਗੇ ਠਾਕ ਦੇ ਆਪਣੇ 'ਤੇ ਸੋਈ ਸੋਈ ਦੇਵੇ, ਉਹ ਫਿਰ ਭਰ ਭਰ ਝੋਲੀਆਂ ਦਿੰਦਾ। ਜੈ ਗੁਰਦੇਵ ਜੀ। ਜੈ ਗੁਰਦੇਵ। ਹੈਲੋ ਵੀਰ ਜੀ, ਮੈਂ ਹਰਮਿੰਦਰ ਕੌਰ ਰੱਤੂ ਬੋਲਦੀ ਹਾਂ। ਹਾਂਜੀ ਬੀਬੀ ਜੀ, ਜੈ ਗੁਰਦੇਵ, ਧੰਨ ਗੁਰਦੇਵ। ਜੈ ਵੀਰ ਜੀ, ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਜਾ ਰਿਹਾ ਆ, ਤੇ ਪਹਿਲਾਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ, ਤੁਹਾਡੇ ਪਰਿਵਾਰ ਨੂੰ ਵੀ। ਤਾਂ ਫਿਰ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਦੇ ਜਨਮ ਦਿਨ ਤੇ ਅੱਜ ਜੋ ਕੇਕ ਕੱਟਿਆ ਆ ਅੰਮ੍ਰਿਤ ਬਾਣੀ ਸੈਂਟਰ ਦੇ ਵਿੱਚ ਜੀ, ਅਸੀਂ ਸੰਤਾਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਪ੍ਰਣਾਮ ਕਰਦੇ ਹਾਂ ਰੱਤੂ ਪਰਿਵਾਰ ਸਾਰਾ, ਤੇ ਤੁਹਾਨੂੰ ਵੀ ਸਾਰੀਆਂ ਸੰਗਤਾਂ ਨੂੰ ਅਸੀਂ ਬਹੁਤ ਬਹੁਤ ਵਧਾਈਆਂ ਦਿੰਦੇ ਹਾਂ ਜੀ। ਤੇ ਬਾਕੀ ਵੀਰ ਜੀ, ਤੁਸੀਂ ਬੱਚਿਆਂ ਦੀ ਫੋਟੋ ਦਿਖਾ ਲਈ ਹੈ, ਇਹ ਸਾਰਾ ਕੁਝ ਸੰਤਾਂ ਦੇ ਚਰਨਾਂ ਦਾ ਆਸ਼ੀਰਵਾਦ ਆ ਬੀਬੀ ਜੀ। ਸਾਡੀ ਕੌਮ ਦਾ ਸਰਮਾਇਆ, ਸਾਡੀ ਕੌਮ ਦਾ ਨਾਂ ਉੱਚਾ ਕੀਤਾ। ਦੇਖੋ ਭਾਜੀ, ਇਹ ਸਤਿਗੁਰਾਂ ਦੀ ਮਿਹਰ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ ਜੀ। ਜੇ ਆਪਾਂ ਉਹਨਾਂ ਦੇ ਵਿਸ਼ਵਾਸ ਰੱਖਾਂਗੇ ਤਾਂ ਉਹ ਝੋਲੀਆਂ ਭਰ ਭਰ ਕੇ ਦਿੰਦੇ ਆ। ਬੀਬੀ ਜੀ ਬਹੁਤ ਬਹੁਤ ਵਧਾਈਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਮਾ ਜੀ, ਤੁਹਾਨੂੰ ਚੜ੍ਹਦੀ ਕਲਾ, ਤੁਹਾਡੇ ਬੱਚਿਆਂ ਨੂੰ ਦੇਸ਼ ਕੌਮ ਪ੍ਰੇਮ ਗੁਰੂ ਦੇ ਨਾਲ ਪ੍ਰੇਮ ਲਾਵੇ, ਜਿਵੇਂ ਤੁਸੀਂ ਗੁਰੂ ਦੇ ਚਰਨਾਂ ਵਿੱਚ ਆਪਣਾ ਤਨ ਮਨ ਧਨ ਸੌਂਪ ਗੁਰੂ ਕੋ ਗੁਰੂ ਨੂੰ ਸੌਂਪਿਆ ਆ, ਇਵੇਂ ਤੁਹਾਡੇ ਬੱਚੇ ਵੀ ਜੁੜੇ ਰਹਿਣ। ਧੰਨਵਾਦ ਬੀਬੀ। ਥੈਂਕ ਯੂ ਵੀਰ ਜੀ, ਤੁਹਾਡਾ ਬਹੁਤ ਬਹੁਤ, ਤੁਹਾਨੂੰ ਵੀ ਰੱਬ ਲੰਬੀ ਲੰਬੀ ਉਮਰ ਕਰੇ ਤੇ ਤੰਦਰੁਸਤੀਆਂ ਬਖਸ਼ੇ, ਤੇ ਸੁਣਨ ਵਾਲੇ ਮੇਰੇ ਵੀਰਾਂ ਭੈਣਾਂ ਦਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਬੀਬੀ ਜੀ, ਧੰਨਵਾਦ ਧੰਨਵਾਦ। ਹਾਂਜੀ ਵੀਰ ਜੀ, ਅਗਲਾ ਕਲਿੱਪ ਲਿਖਾਓ। ਸੋ ਗੁਰੂ ਦੇ ਪਿਆਰਿਓ, ਮੈਂ ਬੇਨਤੀ ਕਰ ਰਿਹਾ ਸੀ, ਆਓ ਆਪਾਂ ਖੁਸ਼ੀਆਂ ਦੇ ਵਿੱਚ ਵੀ ਸ਼ਾਮਿਲ ਹੋਈਏ, ਇਹ ਜਿਨ੍ਹਾਂ ਦੇ ਆਪਾਂ ਗੁਰੂ ਸਾਹਿਬਾਂ ਦੀਆਂ ਗੱਲਾਂ ਕਰਦੇ ਹਾਂ। ਸੋ ਦਿਖਾਈ ਜਾਓ, ਇਹ ਸਾਰੀਆਂ ਸੰਗਤਾਂ ਉਸ ਵੇਲੇ ਦੇ ਪ੍ਰੋਗਰਾਮ ਵਿੱਚ ਗਈਆਂ ਹੋਈਆਂ ਨੇ, ਸੋ ਅੱਜ ਜੋ ਉੱਥੇ ਪ੍ਰੋਗਰਾਮ ਮਨਾਏ ਗਏ ਨੇ। ਸੋ ਜੈ ਗੁਰਦੇਵ ਜੀ,
ਜੈ ਗੁਰਦੇਵ। ਜਗਦੇਵ ਜੀ। ਹਾਂਜੀ, ਕੌਣ ਬੋਲ ਰਿਹਾ ਜੀ? ਜਗਦੇਵ ਜੀ, ਮੈਂ ਸਵਰਨ ਰਾਮ ਡਮੇਲੀ ਬੋਲਦਾ ਜੀ। ਡਮੇਲੀ ਆ ਰਹੇ, ਮੈਂ ਤੁਹਾਨੂੰ ਵਧਾਈਆਂ ਪਹਿਲੇ ਦੇ ਚੁੱਕਾ, ਹੁਣ ਦੱਸ। ਹਾਂਜੀ ਜੀ, ਨੂੰ ਹਾਂਜੀ ਬਹੁਤ 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 ਵਧਾਈਆਂ ਜੀ। ਤਾਂ ਸਭ ਤੋਂ ਪਹਿਲਾਂ ਤਾਂ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਦਿਵਸ ਦੀਆਂ ਵਧਾਈਆਂ ਜੀ, ਤੇ ਸਾਰੇ ਸੰਸਾਰ ਨੂੰ ਸੁੱਖ ਦਾ ਸੁਨੇਹਾ ਆਵੇ। ਤੇ ਇਸੇ ਤਰ੍ਹਾਂ ਹੀ ਦੂਸਰਾ ਸੰਤ ਨਿਰੰਜਨ ਦਾਸ ਜੀ ਮਹਾਰਾਜ ਦਾ ਜਨਮ ਦਿਨ, ਤੇ ਤੀਸਰਾ ਚੌਧਰੀ ਲਕਸ਼ਮਣ ਦਾਸ ਜੀ ਦੀ ਖੁਸ਼ੀ ਦੀਆਂ ਵਧਾਈਆਂ, ਜੋ ਵੀ ਉਹਨਾਂ ਦੇ ਘਰ ਖੁਸ਼ੀ ਹੋਈ ਆ ਜੀ। ਬਾਕੀ ਆਪ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਤੇ ਆਪ ਨੂੰ, ਤੇ ਬਾਕੀ ਜੋ ਹਰਮਿੰਦਰ ਕੌਰ ਰੱਤੂ ਤੇ ਹਰਮੇਸ਼ਰਾ ਰੱਤੂ, ਜੋ ਕਿ ਮੇਰੀ ਛੋਟੀ ਭੈਣ ਹੈ ਜੀ, ਜੀ ਮੈਨੂੰ ਪਤਾ ਤੋਂ ਜੀ, ਉਹ ਬਹੁਤ ਬਹੁਤ ਵਧਾਈਆਂ ਜੀ। ਕਾਕਿਆਂ ਨੇ ਡਿਗਰੀਆਂ ਲਈਆਂ, ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਨੂੰ, ਬੱਚਿਆਂ ਨੂੰ। ਧੰਨਵਾਦ ਜੀ, ਪਰਮਾਤਮਾ ਸਭ ਦੇ ਮੇਹ ਭਰੇ ਹੱਥ ਰੱਖੇ, ਤੇ ਆਪ ਦਾ ਵੀ ਬਹੁਤ ਬਹੁਤ ਧੰਨਵਾਦ ਜਿਹਨੇ ਟਾਈਮ ਦਿੱਤਾ। ਧੰਨਵਾਦ, ਧੰਨਵਾਦ ਮਹਾਰਾਜ। ਸੋ ਅਗਲਾ ਕਲਿੱਪ ਜੀ, ਤੁਸੀਂ ਅੱਗੇ ਲੈ ਜਾਓ ਵੀਰ, ਹੁਣ ਆਪਾਂ ਨੂੰ ਕਲਿੱਪ ਸਾਰੇ ਮੈਂ ਦਿਖਾ ਚੁੱਕਾ। ਸੋ ਗੁਰੂ ਦੇ ਪਿਆਰਿਓ, ਆਓ ਮੈਂ ਤੁਹਾਨੂੰ ਅਗਲੇ ਲੈ ਕੇ ਜਾ ਰਿਹਾ ਬਠਿੰਡੇ। ਮੈਂ ਤੁਹਾਨੂੰ ਪ੍ਰਵਾਨ ਕੀਤਾ ਸੀ ਕਿ ਬਠਿੰਡੇ ਦੀਆਂ ਸੰਗਤਾਂ ਸਾਡੇ ਨਾਲ ਜੁੜ ਰਹੀਆਂ ਨੇ। ਸੋ ਬਠਿੰਡੇ ਪਿਛਲੇ ਕੁਝ ਦਿਨ ਪਹਿਲਾਂ ਸਤਿਗੁਰੂ ਰਵਿਦਾਸ ਮਾਝ ਦੀ ਬਾਣੀ ਦੇ ਉੱਤੇ ਉੱਤੇ ਪ੍ਰੋਗਰਾਮ ਕਰਵਾਏ ਗਏ। ਸਾਡੇ ਜਿੰਨੇ ਵੀ ਸੇਵਾਦਾਰ ਭਾਈ ਸਾਹਿਬ ਮਹਿੰਦਰ ਪਾਲ ਜੀ, ਵੇਦ ਪ੍ਰਕਾਸ਼ ਜੀ, ਉਹਨਾਂ ਨੇ ਰਲ ਕੇ ਉੱਥੇ ਸੰਤਾਂ ਮਹਾਂਪੁਰਸ਼ਾਂ ਨੂੰ ਸੱਦਿਆ। ਸੰਤ ਕਿਸ਼ਨ ਲਾਲ ਜੀ ਚੇੜੂ ਵਾਲੇ, ਉਹ ਵੀ ਗਏ ਹੋਏ ਸਨ। ਔਰ ਇਹ ਸੰਗਤਾਂ ਨੇ ਸਾਰਿਆਂ ਨੂੰ ਉੱਥੇ ਬਾਣੀ ਦੇ ਉੱਤੇ ਪ੍ਰੋਗਰਾਮ ਕਰਕੇ ਸੰਗਤਾਂ ਨੂੰ ਨਾਲ ਜੋੜਿਆ, ਔਰ ਬਹੁਤ ਵੱਡਾ ਉਪਰਾਲਾ। ਸੋ ਹਮੇਸ਼ਾ ਹੀ ਸਾਨੂੰ ਉੱਥੋਂ ਬਠਿੰਡੇ ਤੋਂ ਇਹ ਮੇਰੇ ਵੀਰ ਜਿਹੜੇ ਕਿ ਕਾਂਛੀ ਦੇ ਵਿੱਚ ਵੀ ਇੱਕ ਡੱਬਾ ਲੈ ਕੇ, ਡੱਬਾ ਤੋਂ ਭਾਵ ਕੰਪਾਰਟਮੈਂਟ ਜਿਹੜਾ ਟ੍ਰੇਨ ਦਾ ਹੁੰਦਾ, ਸੇਵਾਦਾਰ ਲੈ ਕੇ ਜਾਂਦੇ ਨੇ, ਇਹਨਾਂ ਨੂੰ ਮਾਰੀ ਚੜ੍ਹਦੀ ਕਲਾ। ਹਾਂਜੀ, ਜੈ ਗੁਰਦੇਵ ਜੀ। ਜੈ ਗੁਰਦੇਵ ਸ਼ੌਂਕੀ ਜੀ। ਹਾਂਜੀ, ਮੰਗੜ ਜੀ ਜੀ। ਹਾਂਜੀ ਜੀ, ਹਾਂ ਸਾਡੇ ਵੱਲੋਂ ਹਰਭਜਨ ਰੱਤੂ ਦੇ ਬੱਚਿਆਂ ਦੇ ਜੋ ਡਿਗਰੀਆਂ ਕੀਤੀਆਂ, ਅਸੀਂ ਬੱਚਿਆਂ ਦੇ ਮਾਤਾ ਪਿਤਾ ਨੂੰ ਬਹੁਤ ਬਹੁਤ ਵਧਾਈ ਪੇਸ਼ ਕਰਦੇ ਹਾਂ ਜੀ। ਇਹ ਦੇਖ ਕੇ ਦੂਜੇ ਬੱਚਿਆਂ ਨੂੰ ਵੀ ਪੜ੍ਹਾਈ ਵਿੱਚ ਡਿਗਰੀ ਕਰਨ ਦੀ ਇਨਕਰੇਜਮੈਂਟ ਮਿਲਦੀ ਆ ਜੀ। ਬਹੁਤ ਬਹੁਤ ਵਧਾਈਆਂ ਜੀ। ਧੰਨਵਾਦ ਜੀ, ਬੰਗਲੀ ਬਹੁਤ ਬਹੁਤ ਮਿਹਰਬਾਨੀ, ਮਿਹਰਬਾਨੀ। ਸੋ ਇਸੇ ਤਰੀਕੇ ਨਾਲ ਦੂਜੀ ਅਗਲਾ ਕਲਿੱਪ ਦਿਖਾਓ। ਮੈਂ ਤੁਹਾਡੇ ਨਾਲ ਬੇਨਤੀ ਕਰਦਾ ਅੱਗੇ, ਤਾਂ ਜਿਵੇਂ ਮੈਂ ਦਿੱਲੀ ਦੀ ਮੈਂ ਡਾਇਰੀ ਲੈਂਦਾ ਹੁੰਦਾ, ਫਿਰ ਮੈਂ ਵੈਨਕੂਵਰ ਦੀ ਵੀ ਸ਼ੁਰੂ ਕਰਨੀ ਆ, ਹੁਸ਼ਿਆਰਪੁਰ ਦੀ ਵੀ ਸ਼ੁਰੂ ਕਰਨੀ, ਹੁਣ ਬਠਿੰਡੇ ਦੀ ਸ਼ੁਰੂ ਹੋ ਗਈ ਆ, ਜਲੰਧਰ ਦੀ ਅੱਗੇ ਮੈਂ ਦਿਖਾਈ ਹੈ। ਅਗਲੇ ਹਫ਼ਤੇ ਮੈਂ ਫਿਰ ਉਹੀ ਕੇਸ ਲੈ ਕੇ ਆਵਾਂਗਾ ਜਿਵੇਂ ਉੱਥੇ ਮੈਂ ਪਿਛਲੀ ਵਾਰੀ ਦਿਖਾਇਆ ਸੀ ਜੱਸੀ ਤੱਲਣ ਜੀ ਨੂੰ ਲੈ ਕੇ, ਅਗਲੇ ਹਫ਼ਤੇ ਮੈਂ ਦਿਖਾਵਾਂਗਾ। ਇਹ ਸੰਗਤਾਂ ਦੀ ਦੇਖੋ, ਬਾਬਾ ਸਾਹਿਬ ਜੀ ਅਤੇ ਸਤਿਗੁਰ ਅਵਦਾਸ ਮਾਝ ਦੇ ਔਰ ਬਾਣੀ ਦੇ ਮਿਸ਼ਨ 'ਤੇ ਇਹਨਾਂ ਨੇ ਸਾਰੇ ਪ੍ਰੋਗਰਾਮ ਕੀਤੇ ਹੋਏ ਨੇ, ਆਇਆ ਹੁੰਦਾ ਸਾਰਿਆਂ ਦਾ ਸਤਿਕਾਰ ਕੀਤਾ ਗਿਆ। ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਅੱਜ ਗੁਰੂ ਸਾਹਿਬਾਂ ਦਾ ਮਿਸ਼ਨ ਦੁਨੀਆਂ ਵਿੱਚ ਫੈਲ ਰਿਹਾ। ਬਹੁਤ ਬਹੁਤ ਧੰਨਵਾਦ। ਜੈ ਗੁਰਦੇਵ ਜੀ। ਹੈਲੋ, ਜੈ ਗੁਰਦੇਵ ਭਾਜੀ, ਸ਼ੌਂਕੀ ਮੈਂ ਸੱਤਿਆ ਮੈਮੀ ਬੋਲਦੀ ਪਈ। ਹਾਂਜੀ ਬੀਬੀ ਜੀ, ਜੀ ਆਇਆਂ ਨੂੰ, ਜੀ ਆਇਆਂ ਨੂੰ। ਹਾਂਜੀ, ਸਭ ਤੋਂ ਪਹਿਲਾਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ, ਤੇ ਮੇਰੇ ਸਤਿਗੁਰ ਬੱਲਾਂ ਵਾਲਿਆਂ ਮਹਾਰਾਜ ਜੀ ਨੂੰ, ਉਹਨਾਂ ਨੂੰ ਵੀ ਕੋਟ ਕੋਟ ਪ੍ਰਣਾਮ, ਤੇ ਉਹਨਾਂ ਨੂੰ ਵੀ ਹੈਪੀ ਬਰਥਡੇ ਟੂ ਯੂ ਜੀ। ਵੀ ਪੌਂਡ ਉਹਨਾਂ ਨੇ ਸੰਤ ਬੱਲਾਂ ਵਾਲਿਆਂ ਵਾਸਤੇ ਭੇਜਿਆ ਹੈ, ਚਰਨ ਕੌਰ ਮਹਿ ਜੀ। 10 ਪੌਂਡ ਜੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਪੁਰਬ ਤੇ ਪ੍ਰਸ਼ਾਦ ਵਾਸਤੇ ਭੇਜੇ ਆ। ਧੰਨਵਾਦ ਬੀਬੀ ਜੀ, ਜਿਹਨਾਂ ਸੇਵਾਦਾਰਾਂ ਨੇ ਮਾਇਆ ਭੇਜੀ ਹੈ ਸਤਿਗੁਰੂ ਜੀ ਉਹਨਾਂ ਦੇ ਪਰਿਵਾਰ ਨੂੰ, ਦੇਸਾਂ ਪ੍ਰਦੇਸਾਂ ਵਿੱਚ ਅੰਗ ਸੰਗ ਹੋ ਕੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ, ਔਰ ਹਮੇਸ਼ਾ ਉਹਨਾਂ ਦੇ ਅੰਗ ਸੰਗ ਰਹਿਣ। ਬੀਬੀ ਧੰਨਵਾਦ, ਜੈ ਗੁਰੂ, ਧੰਨਵਾਦ। ਸੋ ਗੁਰੂ ਦੇ ਪਿਆਰਿਓ, ਮੈਂ ਅਗਲਾ ਕਲਿੱਪ ਤੁਹਾਨੂੰ ਦਿਖਾਉਣ ਜਾ ਰਿਹਾ, ਇਹ ਮੈਂ ਬਠਿੰਡੇ ਦੀ ਦਿਖਾਈ ਹੈ। ਇੱਕ ਹੁਣ ਕਲਿੱਪ ਬਿਆਨਾ ਤੋਂ, ਬਿਆਨਾ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਥਾਨ ਦੇ ਵਿੱਚ, ਉੱਥੋਂ ਦੀ ਸੰਸਥਾ ਨੇ ਇੱਕ ਕਲਿੱਪ ਭੇਜਿਆ, ਜਿਨ੍ਹਾਂ ਨੇ ਤੁਗਲਕਾਬਾਦ ਦੇ ਮੰਦਰ ਵਾਸਤੇ ਅਪੀਲ ਕੀਤੀ ਸੰਗਤਾਂ ਨੂੰ, ਜਾਂ ਗੌਰਮੈਂਟ ਨੂੰ ਅਪੀਲ ਕੀਤੀ ਹੈ, ਉਹ ਚੰਦ ਕੁ ਮਿੰਟਾਂ ਦੀ ਸੁਣੋ। ਆਵਾਜ਼ ਉੱਚੀ ਕਰ ਦਿਓ। ਅੱਜ ਗੁਰੂ ਘਰ ਦੇ ਵਿੱਚ ਇਕੱਤਰ ਹੋਈ ਹੈ ਨਵੇਂ ਸਾਲ ਦੀ ਆਮਦ ਦੇ ਮੌਕੇ 'ਤੇ,
ਧੰਨ ਧੰਨ ਸ੍ਰੀ ਗੁਰੂ ਗੁਰਦਾਸ ਮਹਾਰਾਜ ਜੀ ਦੇ ਪਵਿੱਤਰ ਅੰਮ੍ਰਿਤ ਬਾਣੀ ਦੇ ਭੋਗ ਪਾਏ ਗਏ ਹਨ। ਇਸੇ ਕੜੀ ਦੇ ਤਹਿਤ ਜਿਹੜਾ ਮੰਦਿਰ ਦਿੱਲੀ ਦੇ ਵਿੱਚ ਤੁਗਲਕਾਬਾਦ ਦੇ ਵਿੱਚ ਸਮੇਂ ਦੀ ਸਰਕਾਰ ਨੇ ਉਸ ਸਮੇਂ ਢਹਿ ਢੇਰੀ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਬੜੀ ਜੱਦੋ ਜਹਿਦ ਬਾਅਦ ਉਹ ਮੰਦਿਰ ਦੁਬਾਰਾ ਹੋਂਦ ਦੇ ਵਿੱਚ ਆ ਗਿਆ ਸੀ। ਪਰ ਜਿਹੜੀ ਜਗ੍ਹਾ ਪ੍ਰੋਪਰ ਬਣਦੀ ਸੀਗੀ ਏਕੜਾਂ ਦੇ ਵਿੱਚ ਉਹ ਜਗ੍ਹਾ ਸੀਗੀ, ਉਹ ਜਗ੍ਹਾ ਜਿਹੜੀ ਹੈ ਪੂਰੀ ਉਸ ਸਮੇਂ ਉੱਥੇ ਦੀ ਕਮੇਟੀ ਨੂੰ ਸਪੁਰਦ ਨਹੀਂ ਕੀਤੀ ਗਈ ਸੀ। ਅਸੀਂ ਭਾਰਤ ਸਰਕਾਰ ਤੋਂ, ਪੰਜਾਬ ਸਰਕਾਰ ਤੋਂ, DDR ਦਿੱਲੀ ਦੀ ਸਰਕਾਰ ਤੋਂ ਇਹ ਪੁਰਜ਼ੋਰ ਮੰਗ ਕਰਦੇ ਹਾਂ ਕਿ ਜਿਹੜੀ ਸਾਲਾਂ ਪੁਰਾਣੀ ਜ਼ਮੀਨ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਦੇ ਨਾਂ ਦੇ ਉੱਪਰ ਸੀ, ਸਿਕੰਦਰ ਲੋਧੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੋਂ ਪ੍ਰਭਾਵਿਤ ਹੋ ਕੇ ਇਹ ਜਿਹੜੀ ਜ਼ਮੀਨ ਦਿੱਤੀ ਸੀ ਉਹ ਜਿਹੜੀ ਜ਼ਮੀਨ ਹੈ ਇਨ ਬਿਨ ਵਾਪਸ ਕੀਤੀ ਜਾਵੇ। ਸੋ ਇੱਕ ਵਾਰੀ ਫਿਰ ਸਾਡੀ ਪ੍ਰਬੰਧਕ ਮੈਨੇਜਮੈਂਟ, ਸੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਦੀ ਸੰਗਤ ਇਹ ਬੇਨਤੀ ਕਰਦੀ ਹੈ, ਭਾਰਤ ਸਰਕਾਰ ਤੋਂ ਪੁਰਜ਼ੋਰ ਅਪੀਲ ਕਰਦੀ ਹੈ ਕਿ ਇਹ ਜਿਹੜੀ ਜ਼ਮੀਨ ਹੈ ਇਹ ਮੰਦਰ ਨੂੰ ਦੁਬਾਰਾ ਵਾਪਸ ਕੀਤੀ ਜਾਵੇ, ਕਿਉਂਕਿ ਇਹ ਜ਼ਮੀਨ ਜਿਹੜੀ ਹੈ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਮੰਦਰ ਤੁਗਲਕਾਬਾਦ ਦੀ ਹੈ। ਸੋ ਅਸੀਂ ਭਾਰਤੀ ਦੂਤਾਵਾਸ ਨੂੰ ਵੀ ਬੇਨਤੀ ਕਰਦੇ ਹਾਂ ਜ਼ਰੂਰ ਇਹਦੇ ਵਿੱਚ ਦਖਲ ਅੰਦਾਜ਼ੀ ਦੇ ਕੇ ਸਾਡੀਆਂ ਜਿਹੜੀਆਂ ਹੈਗੀਆਂ ਮਨੋਭਾਵਨਾਵਾਂ ਇਸ ਮੰਦਰ ਨਾਲ ਜੁੜੀਆਂ ਹਨ ਉਹਨੂੰ ਪੂਰਾ ਕੀਤਾ ਜਾਵੇ। ਸਾਡੇ ਪ੍ਰਧਾਨ ਹੰਸਰਾਜ ਟੂਰਾ ਜੀ, ਅਮਰਜੀਤ ਪਾਲ ਜੀ, ਸੁਰਿੰਦਰ ਲੋਹੜੀਆ ਜੀ, ਰਮੇਸ਼ ਭਾਰਤੀ ਜੀ, ਸਾਡੀ ਜਿੰਨੀ ਵੀ ਸਾਧ ਸੰਗਤ ਦਾਸ ਨਿਰਮਲ ਲਾਖਾ, ਅਸੀਂ ਸਾਰੇ ਪੁਰਜ਼ੋਰ ਅਪੀਲ ਕਰਦੇ ਹਾਂ ਭਾਰਤ ਸਰਕਾਰ ਤੋਂ ਇਹ ਜਿਹੜੀ ਜ਼ਮੀਨ ਹੈ ਸਾਨੂੰ ਇਹ ਬਿਨ ਉਸ ਤਰ੍ਹਾਂ ਹੀ ਵਾਪਸ ਕੀਤੀ ਜਾਵੇ। ਜੈ ਗੁਰਦੇਵ, ਧੰਨ ਗੁਰਦੇਵ ਜੀ। ਜੋ ਬੋਲੇ ਸੋ ਨਿਰਪੈ, ਜੈ ਗੁਰਦੇਵ, ਧੰਨ ਗੁਰਦੇਵ ਜੀ। ਗੁਰੂ ਦੇ ਪਿਆਰਿਓ, ਇਹ ਬਿਆਨਾਂ ਦਾ ਸੁਨੇਹਾ ਸੀ ਗੁਰੂ ਘਰ ਦਾ। ਹਾਂਜੀ, ਜੈ ਗੁਰਦੇਵ ਜੀ, ਜੈ ਗੁਰਦੇਵ। ਹੈਲੋ ਭਾਜੀ, ਜੈ ਗੁਰਦੇਵ। ਹਾਂਜੀ ਬੀਬੀ, ਜੈ ਗੁਰਦੇਵ। ਹਾਂਜੀ ਭਾਜੀ, ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਜਾ ਰਿਹਾ ਆ। ਪਹਿਲਾਂ ਤਾਂ ਮੈਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਤਾਂ ਪ੍ਰਕਾਸ਼ ਦਿਵਸ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਦਿੰਦੀ ਆ ਜੀ ਜੀ। ਨਾਲੇ ਆਪਣੇ ਸਤਿਗੁਰ ਬੱਲਾ ਵਾਲਿਆਂ ਦਾ, ਉਹਨਾਂ ਦਾ ਸਤਿਗੁਰਾਂ ਦਾ ਜਨਮ ਦਿਨ ਸੀ, ਉਹਨਾਂ ਦੀਆਂ ਵੀ ਬਹੁਤ ਬਹੁਤ ਵਧਾਈਆਂ ਦਿੰਦੀ ਆ ਜੀ ਜੀ। ਤਾਂ ਨਾਲੇ ਹਰਭਜ ਰੱਤੂ ਤੇ ਹਰਮੇਸ਼ ਰੱਤੂ ਤੇ ਉਹਨਾਂ ਦੇ ਬੱਚਿਆਂ ਨੇ ਡਿਗਰੀਆਂ ਲਈਆਂ ਆ ਜੀ, ਅਸੀਂ ਉਹਨਾਂ ਨੂੰ ਲੱਖ ਲੱਖ ਵਧਾਈਆਂ, ਕਰੋੜਾਂ ਕਰੋੜਾਂ ਵਧਾਈਆਂ ਦਿੰਦੇ ਆ ਜੀ। ਤਾਂ ਬਹੁਤ ਹੀ ਪਰਮਾਤਮਾ ਦੀ ਕਿਰਪਾ ਨਾਲ ਦੇਖੋ, ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹ ਬੱਚੇ ਕਾਮਯਾਬ ਹੋਏ ਆ। ਤਾਂ ਦੇਖੋ ਉਹਨਾਂ ਦੇ ਆਸ਼ੀਰਵਾਦ ਆ ਭਾਜੀ। ਧੰਨਵਾਦ ਬੀਬੀ ਜੀ। ਹਾਂਜੀ, ਜੈ ਗੁਰਪਾਤ। ਹਾਂਜੀ, ਅਗਲਾ ਕਲਿੱਪ ਦਿਖਾਇਆ ਜਾਵੇ। ਸੋ ਗੁਰੂ ਦੇ ਪਿਆਰ, ਇਹ ਮੇਰਾ ਬੱਚਾ ਸਾਡੀ ਕੌਮ ਦਾ ਚਿਰਾਗ, ਜਿਹੜਾ ਕਿ ਛੋਟੀ ਜਿਹੀ ਉਮਰ ਦੇ ਵਿੱਚ ਬੁਝ ਗਿਆ। ਜਿੱਥੇ ਮੈਂ ਖੁਸ਼ੀ ਦੀਆਂ ਗੱਲਾਂ ਕੀਤੀਆਂ ਉੱਥੇ ਅਖੀਰਲੇ ਦੋ ਮਿੰਟ ਮੇਰੇ ਕੋਲ ਰਹਿੰਦੇ ਸੀ। ਮੈਂ ਬੜੇ ਦੁਖੀ ਹਿਰਦੇ ਦੇ ਨਾਲ, ਸਾਡੇ ਕੈਲਾਸ਼ ਕਲੇਰ ਜੀ ਜਿਨ੍ਹਾਂ ਦਾ ਛੋਟਾ ਬੱਚਾ 16 ਸਾਲ ਪਹਿਲੇ, ਕੱਲ੍ਹ ਇਹਨੂੰ 16 ਸਾਲ ਹੋ ਗਏ, ਪਰਿਵਾਰ ਨੂੰ ਵਿਛੋੜਾ ਦੇ ਕੇ ਗਿਆ ਨੂੰ। ਸੋ ਮਾਰੀ ਦੇ ਪਵਿੱਤਰ ਚਰਨਾਂ ਵਿੱਚ ਇਹ ਅਰਦਾਸ ਆ, ਸਤਿਗੁਰੂ ਜੀ ਇਸ ਬੱਚੇ ਨੂੰ ਆਪਣੇ ਪਵਿੱਤਰ ਚਰਨਾਂ ਦੇ ਵਿੱਚ ਹਮੇਸ਼ਾ ਹਮੇਸ਼ਾ ਸਦੈਵ ਸਾਡੀਆਂ ਦਿਲੋਂ ਇਹ ਅਰਦਾਸਾਂ ਜੋਦੜੀਆਂ ਰੱਖਣਾ। ਸੋ ਕੱਲ੍ਹ ਇਹਨੂੰ 16 ਸਾਲ ਹੋਏ ਆ, ਪਰ ਜਵਾਨੀ ਦੇ ਵਿੱਚ ਇਹ ਪਰਿਵਾਰ ਨੂੰ ਵਿਛੋੜਾ ਦੇ ਗਿਆ। ਸੋ ਮੈਂ ਇਸ ਮੌਕੇ ਦੇ ਉੱਤੇ ਜ਼ਿਆਦਾ, ਕਿਉਂਕਿ ਦੁਖੀ ਦਿਲ ਅੱਗੇ ਹੁੰਦਾ, ਵਿਛੋੜਾ ਝੱਲਣਾ ਬੜਾ ਔਖਾ ਹੁੰਦਾ ਬੱਚਿਆਂ ਦਾ। ਸੋ ਮੈਂ ਇੰਨਾ ਕਹਿੰਦਾ, ਸਤਿਗੁਰੂ ਜੀ ਇਸ ਬੱਚੇ ਨੂੰ ਆਪਣੇ ਚਰਨਾਂ 'ਚ ਹਮੇਸ਼ਾ ਰੱਖਣਾ। ਧੰਨਵਾਦ। ਸੋ ਅਖੀਰ ਦੇ ਉੱਤੇ ਜੈ ਗੁਰਦੇਵ। ਹੈਲੋ 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 ਜੈ ਗੁਰਦੇਵ ਜੀ। ਹਾਂਜੀ, ਕੌਣ ਬੋਲ ਰਹੇ? ਟੂਰਾ ਜੀ। ਹਾਂਜੀ, ਸ਼ੌਂਕੀ ਸਾਹਿਬ, ਮੈਂ ਜਨਰਲ ਟੂਰਾ ਬੋਲਦਾ। ਹਾਂਜੀ, ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਤੇ ਵਧਾਈ ਦਿੰਦਾ ਜੀ। ਬਾਕੀ ਸੰਤ ਨਰਿੰਦਰਦਾਸ ਜੀ ਮਹਾਰਾਜ ਜੀ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈ ਦਿੰਦਾ, ਪੇਸ਼ ਕਰਦਾ। ਧੰਨਵਾਦ ਜੀ। ਬਾਕੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਜੀ ਰੱਖੇ। ਧੰਨਵਾਦ ਜੀ, ਧੰਨਵਾਦ ਟੂਰਾ ਜੀ। ਥੈਂਕ ਯੂ, ਸਭ ਧੰਨਵਾਦ। ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਕਰਦੇ ਹਾਂ, ਮੇਰਾ ਪ੍ਰੋਗਰਾਮ ਸਮਾਪਤੀ ਵੱਲ ਵੱਧ ਰਿਹਾ। ਅਗਲੇ ਐਤਵਾਰ ਨੂੰ ਸੋ ਗੁਰੂ ਦੇ ਪਿਆਰਿਓ ਅੰਮ੍ਰਿਤਬਾਣੀ ਸੈਂਟਰ ਦੇ ਵਿੱਚ ਕੈਲਾਸ਼ ਕਲੇਰ ਜੀ
अपने पोते दियां खुशियां दे विच लोहड़ी दा प्रोग्राम मना रहे ने। रवि कलेर अपने पुत्र दियां और बीबी नसीब कौर जी अपने पड़पोते दियां, बीबी सीतो जी अपने पोते दियां, परमजीत जी अपने लाडले चन्न दियां लोहड़ियां पा रहे ने। संगतां नूं अज जुड़ के बेनती एक हुम हुमा के आउणा, सचड़े नूं इसे ही परिवार दे विचों लोहड़ी पाई जाणी आ। कलेर परिवार का दोत है भाई साहब बिशंबर दास जी, उन्हों का पोता है। शनिचरवार भी अमृतवाणी सेंटर से प्रोग्राम होगा, सो सारिया संगतान खुला सदा। हाँ जी जय गुरुदेव जी, मेरे को सिर्फ 10-12 सैकंड है जी। जय गुरुदेव। जय गुरुदेव भाजी। जय संत जी। लखविंदर कौर बोल रही है भाजी। बीबी जी 20 सैकंड सारे बोल दियो। हाँ जी। अच्छा जी भाजी, मैं सारे जगत नूं हां जी मैं तुहाडा धन्नवाद करदी, मैं कोट कोट तुहानूं प्रणाम करदी आं। तुसीं एडी नॉलेज इन्ना प्रोग्राम वधिया दित्ता आ, मैं कहिंदी मैं लख लख बलिहार जांदी आं उस मेरे सच्चे पातशाह तों। मैं दो कई गल्लां कहणियां। संगते आरशो प्याल शिकारा ज्योत नराली दा ਬਾਲੀ ਦਾ ਜੀ, ਉਹ ਸੰਗਤੇ ਨੂਰ ਚੱਲਿਆ ਨਾ ਜਾਵੇ, ਉਹਨਾਂ ਦੇ ਵੱਲ ਨਿਗਾਹ ਟਿਕਾ ਕੇ ਤੁਸੀਂ ਦੇਖ ਨਹੀਂ ਸੀ ਸਕਦੇ। ਧੰਨਵਾਦ ਬੀਬੀ ਜੀ, ਧੰਨਵਾਦ। ਜੈ ਗੁਰਦੇਵ, ਜੈ ਭੀਮ, ਜੈ ਸਵਾਮੀ ਬਾਲਮੀਕੀ। ਧੰਨਵਾਦ ਜੀ, ਰੱਬ ਰਾਖਾ।